ਸਵਾਗਤ ਹੈ, ਮੈਂ ਗੁਰਪ੍ਰੀਤ ਸਿੰਘ। ਮੁੱਦੇ ਕੀ ਬਾਤ ਦੇਖ ਰਹੇ ਹੋ ਤੁਸੀਂ? ਪੰਜਾਬ ਪ੍ਰਦਰਸ਼ਨਾਂ ਦੀ ਧਰਤੀ ਬਣਿਆ ਹੋਇਆ ਦਿਖ ਰਿਹਾ, ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ, ਔਰ ਕੋਈ ਇਲੈਕਸ਼ਨ ਹੋਵੇ ਉਸ ਤੋਂ ਪਹਿਲਾਂ ਹੁੰਦਾ ਵੀ ਹੈ। ਕਿਸੇ ਸੜਕ 'ਤੇ ਪ੍ਰਦਰਸ਼ਨਕਾਰੀ ਨੇ, ਕਿਤੇ ਰੇਲਵੇ ਰੋਕੀ ਗਈ ਆ, ਅੰਮ੍ਰਿਤਸਰ ਦਿੱਲੀ ਟਰੈਕ 'ਤੇ 85 ਰੇਲ ਗੱਡੀਆਂ 'ਤੇ ਇਹਦਾ ਅਸਰ ਪਿਆ ਹੈ ਕਿਸਾਨਾਂ ਦੇ ਧਰਨੇ ਕਾਰਨ। ਪਟਿਆਲਾ ਦੇ ਵਿੱਚ ਨਰਸਾਂ ਛੱਤ 'ਤੇ ਚੜ੍ਹੀਆਂ ਹੋਈਆਂ ਨੇ, ਚੰਡੀਗੜ੍ਹ 'ਚ ਅਧਿਆਪਕ ਸੜਕਾਂ 'ਤੇ ਨੇ, ਬੇਰੁਜ਼ਗਾਰ ਲਾਈਨਮੈਨ ਅਤੇ ETT ਵਾਲੇ ਜੋ ਅਧਿਆਪਕ ਨੇ ਬੇਰੁਜ਼ਗਾਰ ਨੇ, ਉਹ ਪਾਣੀ ਦੀਆਂ ਟੈਂਕੀਆਂ 'ਤੇ ਬੈਠੇ ਨੇ। ਨਗਰ ਨਿਗਮ ਵਾਲੇ ਸਰਕਾਰੀ ਚੁਬਾਰਿਆਂ 'ਚ ਬੈਠੇ ਨੇ। ਮੰਗਾਂ ਰੈਗੂਲਰ ਤਨਖਾਹ, ਪੱਕੀ ਨੌਕਰੀ ਦੀਆਂ ਨੇ। ਕੁਝ ਮੰਗਾਂ ਕੇਂਦਰ ਸਰਕਾਰ ਤੋਂ ਨੇ, ਕੁਝ ਸੂਬਾ ਸਰਕਾਰ ਤੋਂ ਨੇ। ਕਿਸਾਨ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ ਦੀ ਮੰਗ ਕਰ ਰਹੇ ਨੇ। ਮੁਲਾਜ਼ਮ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਕਰਦੇ ਨੇ। ਦਰਅਸਲ ਹਰੇਕ ਚੋਣ ਤੋਂ ਪਹਿਲਾਂ ਜਥੇਬੰਦੀਆਂ ਸਰਕਾਰ 'ਤੇ ਦਬਾਅ ਬਣਾਉਂਦੀਆਂ ਨੇ, ਸਰਕਾਰ ਵੀ ਡੰਗ ਟਪਾਉਂਦੀ ਰਹੀ ਹੈ ਹੁਣ ਤੱਕ ਪਿਛਲੇ 2 ਸਾਲਾਂ 'ਚ। ਇਸ ਵਾਰ ਵੀ ਡੰਗ ਟਪਾਉਣ ਦੇ ਲਈ ਅਧਿਆਪਕਾਂ ਦੇ ਵਾਸਤੇ ਕਮੇਟੀ ਬਣਾ ਦਿੱਤੀ ਗਈ ਹੈ। ਹਾਲਾਂਕਿ ਮੁੱਖ ਮੰਤਰੀ ਦੇ ਨਾਲ ਮੁਲਾਕਾਤ ਤੋਂ ਬਾਅਦ ਉਹਨਾਂ ਨੂੰ ਉਮੀਦ ਜਾਗੀ ਹੈ ਕਿ ਕੋਈ ਹੱਲ ਨਿਕਲੇਗਾ। ਇਹਨਾਂ ਪ੍ਰਦਰਸ਼ਨਾਂ ਅਤੇ ਇਹਨਾਂ ਸਮਿਆਂ ਦਾ ਕੀ ਕਾਰਨ ਹੈ, ਅੱਜ ਇਸੇ 'ਤੇ ਚਰਚਾ ਕਰਾਂਗੇ। ਸਹੂਲਤਾਂ ਮਿਲਣੀਆਂ ਚਾਹੀਦੀਆਂ ਸੀਗੀਆਂ, ਉਹ ਸਹੂਲਤਾਂ ਵੀ ਇਸ ਕਾਰਪੋਰੇਸ਼ਨ ਦੇ ਵਿੱਚ ਪ੍ਰੋਵਾਈਡ ਨਹੀਂ ਕੀਤੀ। ਸਾਡਾ ਵਿਸ਼ਵਾਸ ਬਿਲਕੁਲ ਟੁੱਟ ਚੁੱਕਿਆ। ਅਸੀਂ ਵਾਰ-ਵਾਰ ਅਪਰੋਚ ਵੀ ਕਰਦੇ ਰਹੇ ਵੀ ਇਹਨਾਂ ਨੂੰ ਇੰਪਲੀਮੈਂਟੇਸ਼ਨ ਕਰ ਦਿਓ, ਐਜੀਟੇਸ਼ਨ ਦੇ ਵਿੱਚ ਨਾ ਕਿਸਾਨ ਚਲੇ ਜਾਣ। ਚੋਣਾਂ ਤੋਂ ਪਹਿਲਾਂ ਪੰਜ ਪਾਣੀਆਂ ਦੀ ਧਰਤੀ ਪ੍ਰਦਰਸ਼ਨਾਂ ਦੀ ਧਰਤੀ ਬਣ ਗਈ ਹੈ। ਕਈ ਮੁਲਾਜ਼ਮ ਅਤੇ ਬੇਰੁਜ਼ਗਾਰ ਯੂਨੀਅਨਾਂ ਸੜਕਾਂ 'ਤੇ ਨੇ, ਕਿਸਾਨ ਵੀ ਰੇਲਵੇ ਟਰੈਕ 'ਤੇ ਬੈਠੇ ਅਤੇ 85 ਰੇਲ ਗੱਡੀਆਂ ਦੇ ਰਾਹ ਰੋਕ ਦਿੱਤੇ। ਕਿਸੇ ਨੂੰ ਪੱਕੀ ਨੌਕਰੀ ਚਾਹੀਦੀ ਹੈ, ਕਿਸੇ ਦੀ ਮੰਗ ਵੱਧ ਤਨਖਾਹ ਦੀ ਹੈ, ਕੋਈ ਗੰਨੇ ਦਾ ਬਕਾਇਆ ਅਤੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਲਈ ਲੜ ਰਿਹਾ। ਕੁੱਲ ਮਿਲਾ ਕੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਰਕਾਰ 'ਤੇ ਦਬਾਅ ਬਣਾਉਣ ਦੇ ਲਈ ਕਈ ਯੂਨੀਅਨਾਂ ਸੜਕਾਂ 'ਤੇ ਨੇ। ਪਟਿਆਲਾ 'ਚ ਨਰਸਾਂ, ਅਧਿਆਪਕਾਂ ਦਾ ਮੋਰਚਾ, ਬੇਰੁਜ਼ਗਾਰ ETT ਅਤੇ TET ਪਾਸ ਨੌਜਵਾਨ, ਬੇਰੁਜ਼ਗਾਰ ਲਾਈਨਮੈਨ ਅਤੇ ਨਿਗਮਾਂ ਦੇ ਮੁਲਾਜ਼ਮ ਮੁੱਖ ਰੂਪ ਦੇ ਨਾਲ ਧਰਨੇ 'ਤੇ ਨੇ। ਯੂਨੀਅਨਾਂ ਦੀ ਮੰਗ ਰੈਗੂਲਰ ਤਨਖਾਹ, ਪੱਕੀ ਨੌਕਰੀ, ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਨਵੀਆਂ ਭਰਤੀਆਂ ਦੀ ਹੈ। ਹਰੇਕ ਚੋਣ ਤੋਂ ਪਹਿਲਾਂ ਅਜਿਹਾ ਮਾਹੌਲ ਬਣਦਾ। ਉੱਧਰ ਕਿਸਾਨ ਕੇਂਦਰ ਤੋਂ ਸਵਾਮੀਨਾਥਨ ਰਿਪੋਰਟ ਲਾਗੂ ਕਰਨ ਅਤੇ ਸੂਬਾ ਸਰਕਾਰ ਤੋਂ ਗੰਨੇ ਦਾ ਬਕਾਇਆ ਦੇਣ ਦੇ ਲਈ ਰੇਲਵੇ ਟਰੈਕ ਰੋਕ ਕੇ ਬੈਠੇ ਨੇ। ਜਿਹੜੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਸੀਗੀਆਂ, ਉਹ ਸਹੂਲਤਾਂ ਵੀ ਇਸ ਕਾਰਪੋਰੇਸ਼ਨ ਦੇ ਵਿੱਚ ਪ੍ਰੋਵਾਈਡ ਨਹੀਂ ਕੀਤੀਆਂ ਜਾ ਰਹੀਆਂ। ਸਾਡਾ ਵਿਸ਼ਵਾਸ ਬਿਲਕੁਲ ਟੁੱਟ ਚੁੱਕਿਆ। ਸਾਨੂੰ ਸਾਰਿਆਂ ਨੇ ਇਹ ਕਿਹਾ ਹੈ ਵੀ ਜਿਹੜੇ ਤੁਸੀਂ ਜੁਆਇਨ ਕਰੋਗੇ ਉਹਦੀ ਲਿਸਟ ਦੇ ਦਿਓ, ਜਿਹੜੇ ਨਹੀਂ ਜੁਆਇਨ ਕਰਦੇ ਉਹਦੀ ਲਿਸਟ ਦੇ ਦਿਓ, ਨਹੀਂ ਤੁਹਾਨੂੰ ਡਿਸਮਿਸ ਕੀਤਾ ਜਾਊਗਾ ਨੌਕਰੀ ਤੋਂ। ਹੁਣ ਧਮਕੀ ਦੇਣ ਲੱਗੇ ਤੁਹਾਨੂੰ? ਹਾਂਜੀ, ਅਸੀਂ ਵਾਰ ਵਾਰ ਅਪਰੋਚ ਵੀ ਕਰਦੇ ਰਹੇ ਵੀ ਇਹਨਾਂ ਨੂੰ ਇੰਪਲੀਮੈਂਟੇਸ਼ਨ ਕਰ ਦਿਓ, ਤਾਂ ਕਿ ਕਿਸਾਨਾਂ ਦਾ ਜਿਹੜਾ ਗੁੱਸਾ ਵੱਧ ਰਿਹਾ, ਕਿਸਾਨ ਪ੍ਰਵੋਕ ਹੋ ਰਿਹਾ, ਕਿਤੇ ਫਿਰ ਐਜੀਟੇਸ਼ਨ ਦੇ ਵਿੱਚ ਨਾ ਕਿਸਾਨ ਚਲੇ ਜਾਣ, ਪਰ ਬਿਲਕੁਲ ਇਹਦੇ ਵਿੱਚ ਧਿਆਨ ਨਹੀਂ ਦਿੱਤਾ ਗਿਆ। ਸਰਕਾਰ ਕਿਸੇ ਤਰ੍ਹਾਂ ਡੰਗ ਟਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਨਰਸਾਂ ਨੂੰ 7 ਮਾਰਚ ਦਾ ਭਰੋਸਾ ਦਿੱਤਾ ਗਿਆ। SSA ਰਮਸਾ ਅਤੇ 5178 ਅਧਿਆਪਕਾਂ ਨੂੰ ਸਰਕਾਰ ਭਰੋਸੇ ਦੇ ਕੇ ਟਾਲੇ ਮਾਰਦੀ ਹੋਈ ਇੱਥੋਂ ਤੱਕ ਲੈ ਆਈ ਹੈ। ਅੱਜ ਫਿਰ ਅਧਿਆਪਕਾਂ ਦੇ ਨਾਲ ਪੰਜਾਬ ਦੇ 4 ਕੈਬਨਿਟ ਮੰਤਰੀਆਂ ਦੀ ਇੱਕ ਕਮੇਟੀ ਅਤੇ ਖੁਦ ਮੁੱਖ ਮੰਤਰੀ ਨੇ ਵੀ ਮੁਲਾਕਾਤ ਕੀਤੀ। ਸਰਕਾਰ ਨੇ ਫਾਰਮੂਲਾ ਕੱਢਿਆ ਹੈ ਕਿ 5 ਅਧਿਆਪਕ ਅਤੇ 3 ਅਧਿਕਾਰੀ ਲੈ ਕੇ ਇੱਕ 8 ਮੈਂਬਰੀ ਕਮੇਟੀ ਬਣਾਈ ਜਾਏਗੀ। ਉਸ ਦੀ ਰਿਪੋਰਟ ਦੇ ਮੁਤਾਬਕ ਅੱਗੇ ਕਦਮ ਚੁੱਕੇ ਜਾਣਗੇ। ਮਤਲਬ ਇਹ ਹੈ ਕਿ ਸਰਕਾਰ ਨੇ ਇੱਕ ਨਵਾਂ ਡੰਗ ਟਪਾਊ ਫਾਰਮੂਲਾ ਲਾਗੂ ਕੀਤਾ। ਅਧਿਆਪਕ ਨਿਰਾਸ਼ ਨੇ ਕਿਉਂਕਿ ਸਰਕਾਰ ਦੀਆਂ ਕਲਾਬਾਜ਼ੀਆਂ ਦਾ ਕੋਈ ਹੱਲ ਨਹੀਂ ਹੈ। 5
ਯੂਨੀਅਨ ਦੇ ਨੁਮਾਇੰਦੇ ਹੋਣਗੇ, ਸਾਰੀਆਂ ਯੂਨੀਅਨ ਦੇ ਇਕੱਠੇ 3 ਜਿਹੜੇ ਨੇ ਅਫਸਰ ਸਮਾਨ ਹੋਣਗੇ, ਬਹਿ ਕੇ ਡਿਸਕਸ ਕਰ ਲੈਣਗੇ ਜਿਹੜੀਆਂ ਇਹਨਾਂ ਦੀਆਂ ਪ੍ਰੋਬਲਮਸ ਆ, ਉਹ ਕਮੇਟੀ ਡਿਸਕਸ ਕਰਕੇ 3 ਮਹੀਨਿਆਂ 'ਚ ਉਹ ਰਿਪੋਰਟ ਜਿਹੜੀ ਆ ਉਹ CM ਸਾਹਿਬ ਨੂੰ ਦੇਣਗੇ, ਕੈਪਟਨ ਜਾਊਗੀ, ਫਿਰ ਜਿਹੜੀਆਂ ਮੰਗਾਂ ਜਿਹੜੀਆਂ ਨੇ ਇਹਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਉਹ ਮੰਨ ਲਈਆਂ ਜਾਣਗੀਆਂ। ਉਹ ਇਨ ਟੀਚਰ ਕੀ ਡਿਮਾਂਡ ਹਮਨੇ ਰੱਖਦੀ ਹੈ, ਔਰ ਕੱਲ 10 ਵਜੇ ਕੈਬਨਿਟ ਮੀਟਿੰਗ ਮੇ 5178 ਕੋ ਰੈਗੂਲਰ ਕਰਨਾ, ਔਰ SSA ਰਮਸਾ ਜਿਨਕੀ ਤਨਖਾਹ ਮੇ ਕਟੌਤੀ ਗਈ ਸੀ ਉਨਕੀ ਤਨਖਾਹ ਕੋ ਉਸੀ ਪੇ ਪ੍ਰੋਟੈਕਟ ਕਰਨਾ, ਔਰ ਇਸਕੇ ਇਲਾਵਾ ਜੋ ਆਲ ਟੀਚਰ ਹੈ ਜੋ ਕੰਟਰੈਕਟ ਪਏ ਹੈ ਜਾਂ EGS ਹੈ, ਸਿੱਖਿਆ ਪ੍ਰੋਵਾਈਡਰ, ਵਲੰਟੀਅਰ, ਕੰਪਿਊਟਰ ਹੈ, ਉਨਕੇ ਬਾਰੇ ਮੇ ਕਮੇਟੀ ਬਣਾਈ ਗਈ ਹੈ, ਔਰ ਕੱਲ 11 ਵਜੇ ਹਮਾਰੀ ਉਸ ਕਮੇਟੀ ਕੀ ਮੁੱਖ ਮੰਤਰੀ ਪੰਜਾਬ ਕੇ ਯਹਾਂ ਨਿਵਾਸ ਪੇ ਮੀਟਿੰਗ ਹੋਣੇ ਜਾ ਰਹੀ ਹੈ। ਇਸ ਸਭ ਦੇ ਵਿਚਕਾਰ ਵਿਰੋਧੀ ਜ਼ਰੂਰ ਖੁਸ਼ ਨੇ, ਕਿਉਂਕਿ ਸਰਕਾਰ ਦੇ ਖਿਲਾਫ਼ ਮਾਹੌਲ ਉਹਨਾਂ ਨੇ ਬਣਾਉਣਾ ਹੈ, ਉਹ ਖੁਦ ਬ ਖੁਦ ਤਿਆਰ ਹੋ ਰਿਹਾ। ਪਤਾ ਲੱਗ ਜਾਂਦਾ ਕਿ ਕਿਵੇਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਪਰਵਾਹ ਹੀ ਨਹੀਂ ਕਰਦੀ ਜੇ ਨਰਸ ਕਿਉਂ ਉਹਨਾਂ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਕਿ ਉਹ ਕੋਸ਼ਿਸ਼ ਕਰ ਰਹੀਆਂ ਸੀ ਕੈਪਟਨ ਸਾਹਿਬ ਨੂੰ ਮਿਲਣ ਦੀ, ਜੋ ਕੈਪਟਨ ਸਾਹਿਬ ਮਿਲੂਗੇ ਨਹੀਂ, ਤੇ ਉਹਨਾਂ ਨੇ ਆਪਣਾ ਰੋਸ ਰਹੀ ਆਪਣਾ ਇੱਕ ਮੁਹੱਲੇ ਦੀ ਕ੍ਰਿਕਟ ਟੀਮ ਵਾਂਗੂ ਆਮ ਜਿਹੜਾ ਇਸ ਵਕਤ ਸਰਕਾਰ ਚੱਲ ਰਹੀ ਹੈ, ਉਹਦੇ ਵਿੱਚ ਜਿਹਦੇ ਹੱਥ 'ਚ ਬੈਟ ਆ ਜੇ ਉਹੀ ਬੈਟਿੰਗ ਕਰਦਾ ਹੁੰਦਾ, ਕੋਈ ਕਪਤਾਨ ਨਹੀਂ ਹੁੰਦਾ, ਜਿਹਦੇ ਹੱਥ 'ਚ ਬਾਲ ਆ ਜੇ ਉਹੀ ਬੋਲਿੰਗ ਕਰਦਾ ਹੁੰਦਾ। ਸੋ ਇਸ ਕਰਕੇ ਨਾਮ ਉਹਨਾਂ ਦਾ ਕਪਤਾਨ ਹੈ, ਪਰ ਕਪਤਾਨੀ ਉਹਨਾਂ ਦੀ ਪੰਜਾਬ ਦੀ ਸਰਕਾਰ 'ਤੇ ਨਹੀਂ ਰਹੀ। ਕਿੱਥੇ ਗਿਆ ਕੈਪਟਨ ਸਾਹਿਬ ਤੁਹਾਡਾ ਵਾਅਦਾ ਕਿ ਆੜ੍ਹਤੀਆਂ ਦਾ ਵੀ ਮੈਂ ਦਿਆਂਗਾ, ਬੈਂਕਾਂ ਦਾ ਵੀ ਮੈਂ ਦਿਆਂਗਾ? ਝੂਠ, ਕਿਸਾਨ ਗਰੀਬ ਹੋਏਗਾ ਦਿਆਂਗੇ, ਅਮੀਰ ਹੋਏਗਾ ਦਿਆਂਗੇ, ਸਹਿਕਾਰੀ ਦਾ ਹੋਏਗਾ ਦਿਆਂਗੇ, ਬੈਂਕ ਦਾ ਨਹੀਂ ਹੋਏਗਾ? ਇਹ ਗੱਲਾਂ ਕਹੀਆਂ ਸੀ ਤੁਸੀਂ ਵੈਸੇ। ਸਰਕਾਰ ਵਿੱਤੀ ਮੁਸ਼ਕਲਾਂ ਦਾ ਰੋਣਾ ਰੋ ਕੇ ਬਚਦੀ ਰਹੀ ਹੈ, ਹੁਣ ਵੀ ਉਹੀ ਰੁੱਖ ਹੈ, ਪਰ ਚੋਣਾਂ ਤੋਂ ਪਹਿਲਾਂ ਸਰਕਾਰ ਦੇ ਖਿਲਾਫ਼ ਬਣ ਰਿਹਾ ਹੈ ਮਾਹੌਲ, ਕਿਤੇ ਪੰਜਾਬ ਕਾਂਗਰਸ ਦੇ 13 ਸੀਟਾਂ ਜਿੱਤਣ ਦੇ ਸੁਪਨੇ ਨੂੰ ਅੱਧ ਵਿਚਾਲੇ ਨਾ ਤੋੜ ਦੇਵੇ। ਬਲਿੰਦਰ ਰਾਜਨ, ਤਪਨ ਮਲਹੋਤਰਾ ਤੇ ਕੀਰਤੀਪਾਲ, ਜ਼ੀ ਮੀਡੀਆ। ਸੋ ਇਹ ਕੁਝ ਸੂਰਤ ਹਾਲ ਹੈ ਪੰਜਾਬ ਦੇ ਵਿੱਚ। ਘੱਟੋ ਘੱਟ 10 ਤੋਂ 15 ਜਥੇਬੰਦੀਆਂ ਜਾਂ ਯੂਨੀਅਨਸ ਜੋ ਮੁਲਾਜ਼ਮਾਂ ਦੀਆਂ ਨੇ ਜਾਂ ਬੇਰੁਜ਼ਗਾਰ ਨੇ, ਉਹ ਵੀ ਸੜਕਾਂ 'ਤੇ ਨੇ, ਉਹ ਸਰਕਾਰ ਦੇ ਲਈ ਹੁਣ ਕੀ ਪਰੇਸ਼ਾਨੀ ਖੜੀ ਕਰ ਸਕਦੇ ਆ, ਖਾਸ ਕਰਕੇ ਪੰਜਾਬ ਕਾਂਗਰਸ ਦੇ ਲਈ? ਲੋਕ ਸਭਾ ਚੋਣਾਂ ਤੋਂ ਪਹਿਲਾਂ ਇਸ ਤਰ੍ਹਾਂ ਦੇ ਪ੍ਰਦਰਸ਼ਨ ਇੱਕੋ ਦਮ ਵੱਧ ਜਾਣੇ, ਸਰਕਾਰ ਦੇ ਲਈ ਕਿੰਨੀ ਕੁ ਪਰੇਸ਼ਾਨੀ ਇਹਨਾਂ ਤੋਂ ਹੋ ਸਕਦੀ ਹੈ? ਇਸੇ 'ਤੇ ਅੱਜ ਦੀ ਚਰਚਾ। ਉਸ ਤੋਂ ਪਹਿਲਾਂ ਕੁਝ ਸਵਾਲ ਉਹਨਾਂ 'ਤੇ ਇੱਕ ਵਾਰ ਨਜ਼ਰ ਮਾਰ ਲਈਏ। ਪੰਜਾਬ ਦੇ ਵਿੱਚ ਸਰਕਾਰੀ ਮੁਲਾਜ਼ਮ ਵਰਗ ਕਿਉਂ ਪਰੇਸ਼ਾਨ ਹੈ? ਕੀ ਮੰਗਾਂ ਮਨਵਾਉਣ ਦੇ ਲਈ ਰੇਲਵੇ ਟਰੈਕ ਜਾਂ ਫਿਰ ਸੜਕੀ ਆਵਾਜਾਈ ਕਈ ਥਾਂ ਰੋਕੀ ਜਾਂਦੀ ਹੈ, ਅੱਜ ਵੀ ਰੇਲਵੇ ਟਰੈਕ ਰੋਕਿਆ ਗਿਆ ਹੈ, ਕੀ ਉਹ ਜਾਇਜ਼ ਹੈ? ਕੀ ਪੰਜਾਬ ਸਰਕਾਰ ਨੂੰ ਸੂਬੇ ਦੇ ਮੁਲਾਜ਼ਮ ਵਰਗ ਦੀਆਂ ਮੰਗਾਂ ਨੂੰ ਲੈ ਕੇ ਠੋਸ ਨੀਤੀ ਕੋਈ ਅਪਣਾਉਣੀ ਚਾਹੀਦੀ ਹੈ? ਦਰਸ਼ਕਾਂ ਤੋਂ ਸਵਾਲ ਹੈ ਅੱਜ ਦਾ ਇਸੇ ਦੇ ਨਾਲ ਜੁੜਿਆ ਹੋਇਆ, ਕਿ ਪੰਜਾਬ ਸਰਕਾਰ ਸੂਬੇ ਦੇ ਕਰਮਚਾਰੀ ਵਰਗ ਦੇ ਨਾਲ ਕੀਤੇ ਵਾਅਦਿਆਂ 'ਤੇ ਖਰੀ ਉੱਤਰ ਰਹੀ ਹੈ? ਇਹ ਅੱਜ ਦਾ ਸਵਾਲ ਹੈ। ਆਪਣੀ ਰਾਏ ਤੁਸੀਂ SMS ਦੇ ਰਾਹੀਂ ਭੇਜ ਸਕਦੇ ਹੋ ਸਾਡੇ ਤੱਕ, ਹਾਂ ਜਾਂ ਨਾ ਦੇ ਵਿੱਚ। ਹਾਂ ਦੇ ਲਈ ZPHH ਸਪੇਸ ਵਾਏ, ਨਾ ਦੇ ਲਈ ZPHH ਸਪੇਸ ਐਨ। ਬ੍ਰੇਕ ਤੋਂ ਬਾਅਦ ਤੁਸੀਂ ਕਾਲ ਕਰ ਸਕਦੇ ਹੋ, ਨੰਬਰ ਤੁਹਾਡੇ ਸਾਹਮਣੇ ਫਲੈਸ਼ ਹੋ ਰਿਹਾ। ਮੁੱਖ ਰੂਪ ਦੇ ਵਿੱਚ ਸੋ ਜੋ ਗੱਲ ਸਮਝਣ ਵਾਲੀ ਹੈ, ਕਿਸਾਨਾਂ ਦੀਆਂ ਕੁਝ ਮੰਗਾਂ ਨੇ, ਕਿਸਾਨ ਗੰਨੇ ਦੇ ਬਕਾਏ ਨੂੰ ਲੈ ਕੇ ਵੀ ਸੜਕਾਂ 'ਤੇ ਨੇ ਅੱਜ, ਜੋ ਰੇਲਵੇ ਟਰੈਕ 'ਤੇ ਉਹਨਾਂ ਨੇ ਧਰਨਾ ਲਾਇਆ। ਇਸ ਤੋਂ ਇਲਾਵਾ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਲਾਗੂ ਕਰਨ ਦੀ ਮੰਗ ਕਿਸਾਨ ਕਰਦੇ ਨੇ, ਉਹ ਕੇਂਦਰ ਤੋਂ ਮੰਗ ਕਰਦੇ ਨੇ। ਇਸ ਦੇ ਨਾਲ ਹੀ ਗੰਨੇ ਦਾ ਬਕਾਇਆ ਪੰਜਾਬ ਸਰਕਾਰ ਤੋਂ ਉਹਨਾਂ ਨੇ ਲੈਣਾ।
ਨੌਕਰੀ ਜੋ ਕੁਝ ਕਿਸਾਨ ਇਹਨਾਂ ਧਰਨਿਆਂ ਦੌਰਾਨ ਜੋ ਸ਼ਹੀਦ ਹੋ ਗਏ ਸੀ ਉਹਨਾਂ ਦੇ ਵੱਲੋਂ ਨੌਕਰੀਆਂ ਦੀ ਮੰਗ ਹੈ। ਨਰਸਾਂ ਆਪਣੀ ਤਨਖਾਹ ਦੇ ਵਿੱਚ ਵਾਧਿਆਂ ਨੂੰ ਲੈ ਕੇ, ਨੌਕਰੀਆਂ ਪੱਕੀਆਂ ਨੂੰ ਲੈ ਕੇ ਲੜ ਰਹੀਆਂ ਨੇ ਛੱਤ 'ਤੇ ਨੇ ਰਜਿੰਦਰਾ ਹੌਸਪੀਟਲ ਦੇ ਪਿਛਲੇ ਕਈ ਦਿਨਾਂ ਤੋਂ। ਇਸ ਦੇ ਨਾਲ ਹੀ SSA ਅਤੇ ਰਮਸਾ ਦੇ ਅਧਿਆਪਕ ਨੇ 8,886 ਇਹਨਾਂ ਨੂੰ ਪੱਕਾ ਕਰਨ ਦਾ ਫੈਸਲਾ ਹੋਇਆ ਸੀ, ਪਰ ਇਹਨਾਂ ਦੀ ਤਨਖਾਹ ਘਟਾ ਕੇ ਇਹਨਾਂ ਨੂੰ ਪੱਕਾ ਕੀਤਾ ਜਾ ਰਿਹਾ। ਇਹ ਆਪਣੀ ਪੱਕੀ ਤਨਖਾਹ ਦੀ ਮੰਗ ਕਰ ਰਹੇ ਨੇ। 5,178 ਕੈਟੇਗਰੀ ਵਾਲੇ ਜਿਹੜੇ ਅਧਿਆਪਕ ਨੇ ਇਹਨਾਂ ਨੂੰ ਪੱਕਾ ਕਰਨ ਦਾ ਲਾਰਾ ਦਸੰਬਰ ਦੇ ਵਿੱਚ ਲੱਗਿਆ ਸੀ। ਸਿੱਖਿਆ ਮੰਤਰੀ OP ਸੋਨੀ ਦੇ ਵੱਲੋਂ ਬਕਾਇਦਾ ਧਰਨੇ 'ਚ ਪਹੁੰਚ ਕੇ ਵਾਅਦਾ ਹੋਇਆ ਸੀ, ਪਰ ਉਹ ਫਿਰ ਕਿਤੇ ਰੁਲ ਗਿਆ। ਇਸ ਤੋਂ ਇਲਾਵਾ ATR ਨੇ, EGS ਨੇ, ਸਿੱਖਿਆ ਪ੍ਰੋਵਾਈਡਰਸ ਨੇ, ਜੋ ਵੱਖ ਵੱਖ ਸਕੀਮਾਂ ਦੇ ਵਿੱਚ ਥੋੜ੍ਹੇ ਥੋੜ੍ਹੇ ਅਧਿਆਪਕ ਭਰਤੀ ਕੀਤੇ ਗਏ, ਉਹ ਬੜੀਆਂ ਨਿਗੂਣੀਆਂ ਥੋੜ੍ਹੀਆਂ ਤਨਖਾਹਾਂ, ਕੋਈ 2,500 ਰੁਪਏ ਪ੍ਰਤੀ ਮਹੀਨਾ, ਕੋਈ 5,000 ਰੁਪਏ ਪ੍ਰਤੀ ਮਹੀਨਾ 'ਤੇ ਕੰਮ ਕਰ ਰਹੇ ਨੇ, ਉਹ ਆਪਣੀ ਪੱਕੀ ਤਨਖਾਹ ਦੀ ਮੰਗ ਕਰ ਰਹੇ ਨੇ। ਇਸ ਤੋਂ ਇਲਾਵਾ ਨਗਰ ਨਿਗਮਾਂ ਦੇ ਕਰਮਚਾਰੀ ਨੇ, ਉਹ ਆਪਣੀਆਂ ਪੱਕੀਆਂ ਤਨਖਾਹਾਂ ਚਾਹੁੰਦੇ ਨੇ, ਤਨਖਾਹਾਂ ਦੇ ਵਿੱਚ ਵਾਧੇ ਚਾਹੁੰਦੇ ਨੇ। ਕੁਝ ਮੁਲਾਜ਼ਮ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਕਰ ਰਹੇ ਨੇ, 2004 ਤੋਂ ਕੇਂਦਰ ਤੋਂ ਮੰਗ ਹੈ ਉਹਨਾਂ ਦੀ। ਬੇਰੁਜ਼ਗਾਰ ਲਾਈਨਮੈਨ ਯੂਨੀਅਨ ਨੇ, ਜਿਨ੍ਹਾਂ ਦਾ ਕਹਿਣਾ ਕਿ 3,500 ਦੇ ਕਰੀਬ ਅਸਾਮੀਆਂ ਖਾਲੀ ਪਈਆਂ ਨੇ, ਬਿਜਲੀ ਵਿਭਾਗ ਦੇ ਵਿੱਚ ਲਾਈਨਮੈਨ ਭਰਤੀ ਕੀਤੇ ਜਾਣ ਤੁਰੰਤ। ETT ਅਤੇ TET ਪਾਸ ਅਧਿਆਪਕ ਨੇ, ਬੇਰੁਜ਼ਗਾਰ ਨੌਜਵਾਨ ਨੇ, ETT ਪਾਸ, ਉਹ ਇਹ ਮੰਗ ਕਰ ਰਹੇ ਨੇ ਕਿ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਪਈਆਂ, ਉਹਨਾਂ ਨੂੰ ਭਰਤੀ ਕੀਤਾ ਜਾਵੇ। ਸੋ ਸਰਕਾਰ ਦੇ ਸਾਹਮਣੇ ਕਈ ਚੁਣੌਤੀਆਂ ਨੇ, ਅੱਜ ਉਹਨਾਂ 'ਤੇ ਚਰਚਾ ਕਰਾਂਗੇ। ਸੋ ਕਈ ਖਾਸ ਮਹਿਮਾਨ ਇਸੇ ਮੁੱਦੇ 'ਤੇ ਚਰਚਾ ਦੇ ਲਈ ਸਾਡੇ ਨਾਲ ਅੱਜ ਮੌਜੂਦ ਰਹਿਣਗੇ। ਸਭ ਤੋਂ ਪਹਿਲਾਂ ਉਹਨਾਂ ਦਾ ਤਾਰਫ, ਭਾਰਤੀ ਜਨਤਾ ਪਾਰਟੀ ਤੋਂ ਮਾਲਵਿੰਦਰ ਸਿੰਘ ਕੰਗ ਹੋਣਗੇ, ਆਮ ਆਦਮੀ ਪਾਰਟੀ ਤੋਂ ਇਕਬਾਲ ਸਿੰਘ ਨੇ, ਕਾਂਗਰਸ ਤੋਂ ਰਿੰਪਲ ਮਿੱਡਾ, ਪੰਜਾਬੀ ਏਕਤਾ ਪਾਰਟੀ ਤੋਂ ਗੁਰਪ੍ਰੀਤ ਸਿੰਘ ਸੰਧੂ, ਸੀਨੀਅਰ ਜਰਨਲਿਸਟ ਦੀਪਕ ਸ਼ਰਮਾ ਨੇ, ਰਾਜਨ ਗੁਸਾਈ ਸਾਡੇ ਨਾਲ ਬਣਨਗੇ ਅੰਮ੍ਰਿਤਸਰ ਤੋਂ, ਜਿੱਥੇ ਕਿਸਾਨਾਂ ਦਾ ਧਰਨਾ ਦੇਵੀਦਾਸਪੁਰਾ ਪਿੰਡ ਦੇ ਵਿੱਚ ਚੱਲ ਰਿਹਾ 2 ਦਿਨ ਤੋਂ। ਅਤੇ ਜਸਬੀਰ ਸਿੰਘ ਕਿਸਾਨ ਆਗੂ ਸਾਡੇ ਨਾਲ ਜੁੜੇ ਹੋਏ ਨੇ, ਬਹੁਤ ਬਹੁਤ ਸਵਾਗਤ ਹੈ ਜੀ ਸਭ ਦਾ। ਮਿੱਡਾ ਸਾਹਿਬ, ਤੁਹਾਡੇ ਤੋਂ ਸ਼ੁਰੂਆਤ ਕਰਦੇ ਹਾਂ। ਮਿੱਡਾ ਸਾਹਿਬ, ਇਸ ਤੋਂ ਪਹਿਲਾਂ ਕਿ ਮੈਂ ਸਵਾਲ ਕਰਾਂ, ਤੁਸੀਂ ਆਪਣੇ ਆਪ ਹੀ ਦੱਸੋ ਹੁਣ, ਮਤਲਬ ਇਹ ਕੀ ਹੋ ਰਿਹਾ, ਇੰਨੇ ਗਰੁੱਪ ਨੇ, ਇੰਨੀਆਂ ਜਥੇਬੰਦੀਆਂ ਨੇ, ਮਤਲਬ ਕੋਈ ਖੁਸ਼ੀ ਨਹੀਂ ਹੈ ਕਿ ਸਰਕਾਰ ਤੋਂ? ਗੁਰਪ੍ਰੀਤ ਜੀ, ਇਹ ਗੱਲ ਜੋ ਤੁਸੀਂ ਦੱਸ ਰਹੇ ਹੋ, ਵਿਖਾ ਰਹੇ ਹੋ, ਇੱਕ ਕੌੜੀ ਹਕੀਕਤ ਹੈ, ਇਹ ਸੱਚਾਈ ਹੈ, ਇਸ ਨੂੰ ਮੰਨਣਾ ਹੀ ਪਏਗਾ। ਔਰ ਨਾਲ ਦੀ ਨਾਲ ਜਿੱਥੇ ਆਪਾਂ ਅੱਜ ਜਿਹੜੀਆਂ ਇੰਨੀਆਂ ਦਰਪੇਸ਼ ਔਕੜਾਂ ਨੇ ਪੰਜਾਬ ਦੇ ਕੋਲ ਸਰਕਾਰ ਦੇ ਅੱਗੇ, ਤਾਂ ਉਸ ਦੇ ਲਈ ਜਿਹੜੀ ਗੱਲ, ਜਿੱਥੇ ਆਪਾਂ ਕੱਚੇ ਮੁਲਾਜ਼ਮਾਂ ਦੀ ਗੱਲ ਕਰਦੇ ਹਾਂ, ਤਾਂ ਕੱਚੇ ਮੁਲਾਜ਼ਮਾਂ ਦੇ ਉੱਤੇ ਤੁਸੀਂ ਦੇਖ ਲਓ ਕਿ ਜਿਹੜੀ ਤਾਂ 5,178 ਦੀ ਗੱਲ ਹੈ, 5,178 ਦਾ ਤਾਂ ਜਿਹੜਾ ਕੱਲ੍ਹ ਦੀ ਕੈਬਨਿਟ ਦੇ ਵਿੱਚ ਜਿਹੜਾ ਏਜੰਡੇ 'ਤੇ ਹੈ ਔਰ ਇਹ ਫੈਸਲਾ ਹੋਣ ਜਾ ਰਿਹਾ। ਔਰ ਨਾਲ ਦੀ ਨਾਲ 27,000 ਮੁਲਾਜ਼ਮ ਜਿਹੜੇ, ਚਾਹੇ DC ਦਫ਼ਤਰਾਂ 'ਚ ਮੰਨ ਲਓ, ਚਾਹੇ ਬਿਜਲੀ ਬੋਰਡ ਦੇ ਵਿੱਚ ਮੰਨ ਲਓ, ਚਾਹੇ ਐਜੂਕੇਸ਼ਨ 'ਚ ਮੰਨ ਲਓ, ਚਾਹੇ ਨਰਸਿਸ ਮੰਨ ਲਓ, ਇਹ ਹਰ ਤਰੀਕੇ ਦਾ ਕਾਫੀ ਦੇਰ ਤੋਂ ਜਿਹੜਾ ਇਹ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਲਈ ਕੋਈ ਠੋਸ ਜਿਹੜੀ ਨੀਤੀ, ਜਿਸ ਨੂੰ ਜਿਸ ਵੇਲੇ ਭਰਤੀ ਕੀਤਾ ਜਾਂਦਾ, ਚਾਹੇ ਉਹ ਜ਼ਿਲ੍ਹਾ ਪ੍ਰੀਸ਼ਦ ਪੰਚਾਇਤਾਂ ਰਾਹੀਂ ਕੀਤੇ ਗਏ, ਉਸ ਵੇਲੇ ਲੋੜ ਨੂੰ ਵੇਖਦਿਆਂ RG ਅਰੇਂਜਮੈਂਟਸ ਕੀਤੇ ਗਏ ਨੇ। ਔਰ ਉਹ RG ਅਰੇਂਜਮੈਂਟ ਜਿਹੜੇ ਨੇ ਉਹ ਕਿਤੇ ਨਾ ਕਿਤੇ ਅੱਗੇ ਜਾ ਕੇ ਐਲੀਜੀਬਿਲਟੀ ਕ੍ਰਾਈਟੇਰੀਆ ਜਿਹੜਾ
ਉੱਥੇ ਉਹ ਫੇਲ ਹੁੰਦੇ ਜਾਪਦੇ ਨੇ ਔਰ ਜਿਹੜੀ ਇਹ ਮੁਸ਼ਕਲ ਹੈ ਇਹ ਫਿਰ ਬਹੁਤ ਵੱਡਾ ਰੂਪ ਜਿਹੜੀ ਹੈ ਅਜਿਹਾ ਰੂਪ ਲੈ ਗਈ ਹੈ ਜਿਸ ਨੂੰ ਇੱਕ ਤਰੀਕੇ ਨਾਲ ਔਰ ਇਹ ਜਿਸ ਦੇ ਉੱਤੇ ਬਹੁਤ ਕੰਕਰੀਟ ਕੋਈ ਜਿਹੜੀ ਹੈ ਸਕੀਮ ਬਣਾ ਕੇ ਇਸ ਨੂੰ ਰੈਗੂਲਰਾਈਜ਼ ਕਰਨਾ ਬਣਦਾ ਔਰ ਸਰਕਾਰ ਇਸ ਦੇ ਉੱਤੇ ਕੰਮ ਜਿਹੜਾ ਹੈ ਉਹ ਆਰੰਭ ਚੁੱਕੀ ਹੈ। ਨਹੀਂ ਠੀਕ ਹੈ, ਪਰ ਇਹ ਹੁੰਦਾ ਕਿਉਂ ਹੈ ਮਿੱਡਾ ਸਾਹਿਬ? ਇਹ ਸਰਕਾਰਾਂ ਦੇ ਲਈ ਜਿਹੜੀਆਂ ਚੀਜ਼ਾਂ ਬਾਅਦ 'ਚ ਦਿੱਕਤਾਂ ਖੜੀਆਂ ਕਰਦੀਆਂ ਨੇ, ਜਿਹੜੀਆਂ ਚੀਜ਼ਾਂ ਬਾਅਦ 'ਚ ਦਿੱਕਤਾਂ ਖੜੀਆਂ ਕਰਦੀਆਂ। ਮੈਂ ਮੰਨ ਗਿਆ ਤੁਹਾਡੀ ਗੱਲ, ਬਹੁਤ ਸਾਰੇ ਇਸ ਤਰ੍ਹਾਂ ਦੇ ਡਿਪਾਰਟਮੈਂਟ ਨੇ ਜਿੱਥੇ ਆਰਜ਼ੀ ਤੌਰ 'ਤੇ ਪਲੱਸ ਟੂ ਪਾਸ ਮੁੰਡੇ ਰੱਖ ਲਏ ਜਾਂ ਗ੍ਰੈਜੂਏਟ ਰੱਖ ਲਏ, ਪਰ ਉਹਨਾਂ ਦੇ ਕੋਲ ਪ੍ਰੋਫੈਸ਼ਨਲ ਕੁਆਲੀਫਿਕੇਸ਼ਨ ਹੈ ਨਹੀਂ ਸੀ। ਈ ਜੀ ਐੱਸ ਰਾਹੀਂ ਪਲੱਸ ਟੂ ਪਾਸ ਮੁੰਡੇ ਭਰਤੀ ਕਰ ਲਏ ਸਿੱਖਿਆ ਵਿਭਾਗ ਦੇ ਵਿੱਚ, ਹੁਣ ਉਹਨਾਂ ਕੋਲ ਪ੍ਰੋਫੈਸ਼ਨਲ ਕੁਆਲੀਫਿਕੇਸ਼ਨ ਹੈ ਨਹੀਂ ਗੀ, ਪਰ ਜਿਹੜੇ ਪ੍ਰੋਫੈਸ਼ਨਲੀ ਕੁਆਲੀਫਾਈਡ ਹੈ ਉਹ ਵਿਹਲੇ ਫਿਰਦੇ ਹੈ। ਫਿਰ ਇਹ ਇਸ ਤਰ੍ਹਾਂ ਦਾ ਜਿਹੜਾ ਪੈਰਾਮੀਟਰਸ ਹੈ ਜਾਂ ਇਸ ਤਰ੍ਹਾਂ ਦੀ ਜਿਹੜੀ ਭਰਤੀ ਹੈ ਉਹ ਕੀਤੀ ਕਿਉਂ ਜਾਂਦੀ ਹੈ? ਫਿਰ ਇਹਦੇ ਨਾਲ ਦੋਵੇਂ ਪਾਸਿਓਂ ਇਹੀ ਗੱਲ ਹੈ ਜਿਹੜਾ ਤੁਸੀਂ ਆ ਗੱਲ ਕਹੀ, ਦੋਵੇਂ ਪਾਸਿਓਂ ਔਖਾ ਕਰਨ ਗੱਲ ਕਹੀ ਹੈ ਨਾ ਗੁਰਪ੍ਰੀਤ ਜੀ, ਇਹੀ ਇੱਕ ਦੁਖਾਂਤ ਹੈ, ਇਹੀ ਇੱਕ ਦੁਖਾਂਤ ਹੈ। ਦੇਖੋ ਕਿ ਜਿਸ ਵੇਲੇ ਆਰਜੀ ਅਰੇਂਜਮੈਂਟਸ ਹੁੰਦੇ ਨੇ ਉਹ ਉਸ ਵੇਲੇ ਜਿਸ ਤਰੀਕੇ ਆਪਾਂ ਕਹਿ ਸਕਦੇ ਹਾਂ ਥੱਲੋਂ ਔਰ ਇੱਕ ਇੱਕ ਡਿਪਾਰਟਮੈਂਟ ਔਰ ਇੱਕ ਇੱਕ ਜਿਸ ਤਰੀਕੇ ਨਾਲ ਮੈਂ ਪਹਿਲਾਂ ਪੰਚਾਇਤਾਂ ਦਾ ਜ਼ਿਕਰ ਵੀ ਕੀਤਾ ਔਰ ਡੀਸੀ ਦਫ਼ਤਰਾਂ ਦਾ ਵੀ ਜ਼ਿਕਰ ਕੀਤਾ ਔਰ ਜਿਸ ਤਰੀਕੇ ਨਾਲ ਰਿਸੋਰਸ ਪਰਸਨ ਸਿੱਖਿਆ ਦੇ ਜਿਹੜੇ ਵੱਖਰੇ ਵੱਖਰੇ ਸਕੀਮਾਂ ਦੇ ਰਾਹੀਂ ਉਹ ਕਾਫੀ ਥੱਲੋਂ ਆਪਣੇ ਲੈਵਲ ਦੇ ਉੱਤੇ ਜਿਹੜੀ ਹੈ ਚੀਜ਼ ਇਕੱਠੀ ਹੁੰਦੀ ਉਹ ਇਸ ਵੇਲੇ ਬਹੁਤ ਵੱਡਾ ਰੂਪ ਲੈ ਗਈ ਹੈ। ਪਰ ਜਿਹੜੇ ਐਲੀਜੀਬਲ ਨੇ, ਜਿਸ ਤਰੀਕੇ ਦੀ ਆਪਾਂ ਗੱਲ ਕਰੀਏ ਟੀਚਰ ਐਲੀਜੀਬਿਲਟੀ ਟੈਸਟ ਜਿਨ੍ਹਾਂ ਨੇ ਹੁਣ ਪਾਸ ਕੀਤਾ ਹੋਇਆ ਔਰ ਜਿਹੜੇ ਲੱਗੇ ਹੋਏ ਨੇ ਉਹਨਾਂ ਨੇ ਪਾਸ ਨਹੀਂ ਕੀਤਾ ਹੋਇਆ, ਇੱਥੇ ਆ ਕੇ ਪੇਚ ਫਸਦਾ ਜਿੱਥੇ ਸਰਕਾਰ ਦੀ ਇੱਕ ਜਿਹੜੀ ਆ ਗੰਭੀਰ ਸਥਿਤੀ ਬਣੀ ਹੋਈ ਹੈ। ਪਰ ਸਰਕਾਰ ਇਸ ਦਾ ਹੱਲ ਕੱਢਣ ਦੇ ਲਈ ਯਤਨਸ਼ੀਲ ਹੈ ਔਰ ਇਸ ਦੇ ਲਈ ਬਿਲਕੁਲ ਬਕਾਇਦਾ ਤੌਰ ਦੇ ਉੱਤੇ ਇਸ 'ਤੇ ਕੰਮ ਚੱਲ ਰਿਹਾ ਕਿ ਇੱਕ ਅੰਕੜੇ ਦੇ ਮੁਤਾਬਕ 27,000 ਮੁਲਾਜ਼ਮ ਨੇ ਇਸ ਤਰੀਕੇ ਦੇ ਜਿਨ੍ਹਾਂ ਦਾ ਕਿਸੇ ਨਾ ਕਿਸੇ ਤਰੀਕੇ ਨਾਲ ਚਾਹੇ ਉਹਨਾਂ ਦੇ ਐਕਸਪੀਰੀਅੰਸ ਕਰਕੇ ਉਹਨਾਂ ਦੀ ਜਿਹੜੀ ਹੈ ਕੋਈ ਐਲੀਜੀਬਿਲਟੀ ਦੇ ਵਿੱਚ ਕਟੌਤੀ ਜਾਂ ਨਹੀਂ। ਚਲੋ ਠੀਕ ਹੈ, ਜਿਹੜੇ ਐਲੀਜੀਬਲ ਨਹੀਂ ਹੈ ਉਹਨਾਂ ਦਾ ਵੀ ਮੰਨ ਲਈਏ, ਪਰ ਤੁਸੀਂ ਤਾਂ ਜਿਹੜੇ ਐਲੀਜੀਬਲ ਨੇ ਉਹਨਾਂ ਨੂੰ ਵੀ ਨਹੀਂ ਕਰਨਾ, ਇਹ ਕੋਈ ਨਾ ਕੋਈ ਹੱਲ ਇਸਦਾ ਜ਼ਰੂਰ ਨਹੀਂ। ਜਿਹੜੇ ਐਲੀਜੀਬਲ ਨੇ ਮਿੱਡਾ ਸਾਹਿਬ ਉਹਨਾਂ ਨੂੰ ਵੀ ਨਹੀਂ ਪੱਕਾ ਕੀਤਾ ਜਾ ਰਿਹਾ। ਕੰਗ ਸਾਹਿਬ 5,178 ਵਾਲੇ ਅਧਿਆਪਕਾਂ ਨੂੰ ਦਸੰਬਰ ਦੇ ਵਿੱਚ ਸਿੱਖਿਆ ਮੰਤਰੀ ਪੱਕੀ ਕਰਨ ਦਾ ਵਾਅਦਾ ਕਰਕੇ ਜਾਂਦੇ ਧਰਨੇ 'ਚ ਪਹੁੰਚ ਕੇ ਪਟਿਆਲੇ, ਫਿਰ ਉਹ ਹਾਲੇ ਤੱਕ ਰੁਲਦੇ ਫਿਰਦੇ ਹੈ ਦਸੰਬਰ ਤੋਂ ਲੈ ਕੇ ਹੁਣ, ਤੁਸੀਂ ਲਾ ਲਓ ਮਤਲਬ 4 ਮਹੀਨੇ ਲੰਘ ਗਏ ਉਸ ਗੱਲ ਨੂੰ। ਜੇ ਸਰਕਾਰ ਇੱਕ ਫੈਸਲਾ ਕਰਦੀ ਹੈ, ਐਜੂਕੇਸ਼ਨ ਮਿਨਿਸਟਰ ਆ ਕੇ ਕਹਿੰਦੇ ਆ ਪੱਕਾ ਕਰਨਾ ਹੈ, ਤਾਂ ਫਿਰ ਇਹ ਉਸ ਤੋਂ ਬਾਅਦ ਜਿਹੜੇ ਲਾਰੇ ਲਾਉਣੇ ਸ਼ੁਰੂ ਹੋ ਜਾਂਦੇ, ਇਹ ਕਿਉਂ ਹੈ? ਬੇਸਿਕਲੀ ਗੁਰਪ੍ਰੀਤ ਜੀ, ਪੰਜਾਬ ਦੀ ਬਦਕਿਸਮਤੀ ਇਹ ਹੈ ਵੀ ਜਿਹੜੀ ਮੌਜੂਦਾ ਕਪਤਾਨ ਸਾਹਿਬ ਦੀ ਕਾਂਗਰਸ ਦੀ ਸਰਕਾਰ ਹੈ, ਜਿਹੜਾ ਇਹਨਾਂ ਦਾ ਮੈਨੀਫੈਸਟੋ ਸੀ ਉਹ ਇਸ ਤਰ੍ਹਾਂ ਦੇ ਕਈ ਐਸੇ ਵਾਅਦੇ ਬਹੁਤ ਸਾਰੇ ਕਰ ਲਏ, ਜਿਹੜਾ ਪੰਜਾਬ ਦਾ ਇਕਨੋਮਿਕ ਸਟੇਟਸ ਜਾਂ ਇਕਨੋਮਿਕ ਸਟੈਂਡਰਡ ਸੀ ਸ਼ਾਇਦ ਉਹਨੂੰ ਉਸ ਨੂੰ ਅਚੀਵ ਨਹੀਂ ਕਰ ਸਕਦੇ ਸੀ ਇੱਕਦਮ। ਲੇਕਿਨ ਉਸ ਤੋਂ ਵੀ ਵੱਡੀ ਬਦਕਿਸਮਤੀ ਇਹ ਹੈ ਵੀ ਜਿਹੜਾ ਕਮਿਊਨੀਕੇਸ਼ਨ ਗੈਪ ਹੈ ਸਰਕਾਰ ਦਾ ਔਰ ਆਮ ਪਬਲਿਕ 'ਚ, ਔਰ ਖਾਸ ਕਰ ਮੁੱਖ ਮੰਤਰੀ ਆਫਿਸ ਦਾ ਜਾਂ ਮੁੱਖ ਮੰਤਰੀ ਜਿਹੜਾ ਹਾਊਸ ਦਾ ਜਿਹੜਾ ਕਮਿਊਨੀਕੇਸ਼ਨ ਹੈ, ਕਈ ਐਸੇ ਵਿਸ਼ੇ ਹੈ ਜਿੱਥੋਂ ਸਾਰਥਿਕ ਆਪਾਂ ਗੱਲਬਾਤ ਕਰਦੇ ਹਾਂ ਔਰਗਨਾਈਜੇਸ਼ਨਾਂ ਯੂਨੀਅਨਾਂ ਨਾਲ, ਅਤੇ ਕਈ ਵਿਸ਼ ਕਈ ਮਸਲੇ ਆਪਾਂ ਉੱਥੇ ਬੈਠ ਕੇ ਟੇਬਲ 'ਤੇ ਵੀ ਹੱਲ ਕਰ ਲੈਂਦੇ ਹਾਂ ਜੇ ਸਮਝਾਉਣ ਦਾ ਤਰੀਕਾ ਸਾਰਥਕ ਹੋਵੇ ਔਰ ਪੋਜ਼ਿਟਿਵ ਹੋਵੇ। ਲੇਕਿਨ ਬਦਕਿਸਮਤੀ ਇਹ ਆ ਪੰਜਾਬ ਦੀ ਜਿਹੜੀ ਸਰਕਾਰ ਹੈ ਇਹ ਕਿਸੇ ਤਰ੍ਹਾਂ ਵੀ ਕਮਿਊਨੀਕੇਟ ਕਰਨ 'ਚ ਵੀ ਅਸਫਲ ਰਹੀ ਹੈ ਪੂਰੀ ਤਰ੍ਹਾਂ। ਇਸ ਕਰਕੇ ਹੀ ਚਾਹੇ ਟੀਚਰ ਹੋਣ, ਚਾਹੇ ਹੈਲਥ ਸੈਕਟਰ ਦੀਆਂ ਨਰਸਿੰਗ ਹੋਣ, ਚਾਹੇ ਕਿਸਾਨ ਜਥੇਬੰਦੀਆਂ ਹੋਣ,
ਇਨਕਲੂਡਿੰਗ ਐਵਰੀਥਿੰਗ ਜਿਹੜੇ ਵੀ ਹੈ ਉਹ ਸਾਰੇ ਸੜਕਾਂ ਤੇ ਆ ਜਦੋਂ ਦੀ ਇਹ 2 ਸਾਲ ਤੋਂ ਸਰਕਾਰ ਬਣੀ ਹੈ। ਤਾਂ ਮੈਨੂੰ ਇਹ ਲੱਗਦਾ ਔਰ ਮੈਂ ਗੱਲ ਇਹ ਹੈ ਵੀ ਸਰਕਾਰ ਦੀ ਅਪਰੋਚ ਆ ਉਹ ਕਿਤੇ ਨਾ ਕਿਤੇ ਨੈਗੇਟਿਵ ਹੈ। ਕੰਗ ਸਾਹਿਬ ਫਿਰ ਉਹ ਗੱਲ ਆ ਜਾਣੀ ਹੈ ਵੀ ਕਿਹੜਾ ਹੁਣ ਤਰੀਕਾ ਕਿਹੜਾ ਕਮਿਊਨੀਕੇਸ਼ਨ ਕਿਹੜੇ ਤਰੀਕੇ ਨਾਲ ਕੀਤੀ ਜਾਵੇ, ਤੋਤੇ ਸਰਪੰਚ ਹੋਰੇ ਵਾਲੀ ਕਮਿਊਨੀਕੇਸ਼ਨ ਕੀਤੀ ਜਾਵੇ ਜਿਹੜੀ ਤੁਹਾਡੇ ਵੇਲੇ ਹੁੰਦੀ ਰਹੀ। ਤੁਸੀਂ ਮੇਰੇ ਵਾਲੀ ਗੱਲ ਹੀ ਚੱਕ ਲਈ ਕਿ ਸਰਦਾਰ ਸਿਕੰਦਰ ਸਿੰਘ ਮਲੂਕਾ ਦਾ ਕਮਿਊਨੀਕੇਸ਼ਨ ਵੀ ਯਾਦ ਹੈ, ਆਪਦੇ ਹੱਥਾਂ ਨਾਲ ਕਮਿਊਨੀਕੇਸ਼ਨ ਕੀਤਾ ਉਹਨਾਂ ਨੇ। ਤੋਤੀ ਸਰਪੰਚ ਵਾਲਾ ਕਮਿਊਨੀਕੇਸ਼ਨ ਵੀ ਯਾਦ ਹੈ, ਭੁੱਲੋ ਨਾ ਪਲੀਜ਼, ਜਿਹੜੀਆਂ ਮੁਸ਼ਕਲਾਂ ਹੱਲ ਤੇ ਗੱਲ ਕਰੋ। ਤੁਸੀਂ ਆਪ ਹੀ ਕਿਹਾ ਗੁਰਪ੍ਰੀਤ ਜੀ ਵੀ 4 ਮਹੀਨੇ ਪਹਿਲਾਂ ਐਜੂਕੇਸ਼ਨ ਮਿਨਿਸਟਰ, ਹਾਂ ਮੈਂ ਉਹੀ ਗੱਲ, 4 ਮਹੀਨੇ ਤੋਂ ਬਾਅਦ ਵੀ ਰਿਜ਼ਲਟ 0 ਆ। ਮੈਨੂੰ ਇਹ ਲੱਗਦਾ ਹੈ ਵੀ ਝੂਠੇ ਲਾਰੇ ਲਾਉਣ ਦੀ ਬਜਾਏ ਉਹਨਾਂ ਨੂੰ ਟੇਬਲ ਤੇ ਬੈਠ ਕੇ ਕਨਵਿੰਸ ਕਰਾਇਆ ਜਾਵੇ ਜਿਹੜੀਆਂ ਚੀਜ਼ਾਂ ਹੋ ਸਕਦੀਆਂ ਉਹਨਾਂ ਨੂੰ ਕੀਤਾ ਜਾ ਸਕਦਾ ਹੈ। ਬਿਲਕੁਲ, ਔਰ ਸਾਰੀਆਂ ਚੀਜ਼ਾਂ ਨੂੰ ਮਤਲਬ ਸਮਝਾਉਣ ਦੀ ਗੱਲ ਆ। ਮੈਂ ਕਹਿੰਦਾ ਇਹ ਨਹੀਂ, ਮੈਂ ਕਹਿੰਦਾ ਵੀ ਸਾਰਾ ਕੁਝ ਇੱਕ ਵਾਰ ਚ ਆਪਾਂ ਦੇ ਸਕਦੇ ਹਾਂ, ਠੀਕ ਹੈ। ਚਲੋ ਠੀਕ ਹੈ, ਦੀਪਕ ਸ਼ਰਮਾ ਦੀਪਕ ਜੀ, ਮਤਲਬ ਕੀ ਅਸਲ ਸਮੱਸਿਆ ਹੈ ਕਿ ਸਰਕਾਰ ਦੇ ਸਾਹਮਣੇ ਇੰਨੀ ਕੁ ਵੱਡੀ ਸਮੱਸਿਆ, ਵਿੱਤੀ ਸਥਿਤੀ ਪੰਜਾਬ ਦੀ ਇੰਨੀ ਕੁ ਖਰਾਬ ਹੈ ਕਿ ਜਿਹੜੀਆਂ ਥੋੜ੍ਹੀਆਂ ਥੋੜ੍ਹੀਆਂ ਤਨਖਾਹਾਂ ਨੂੰ ਲੈ ਕੇ ਲੋਕ ਲੜ ਰਹੇ ਹੈਗੇ ਕਿ ਉਹ ਵੀ ਨਹੀਂ ਪੂਰੀਆਂ ਕੀਤੀਆਂ ਜਾ ਸਕਦੀਆਂ? ਬਿਲਕੁਲ ਗੁਰਪ੍ਰੀਤ ਜੀ, ਪਹਿਲੀ ਗੱਲ ਤਾਂ ਇਹੀ ਹੈ ਕਿ ਜਿਵੇਂ ਮੇਰੇ ਸਾਥੀ ਕਹਿ ਰਹੇ ਨੇ ਕਿ ਟੇਬਲ 'ਤੇ ਬਹਿ ਕੇ, ਬਿਲਕੁਲ ਮੈਨੂੰ ਲੱਗਦਾ ਕਾਂਗਰਸ ਸਰਕਾਰ ਨੂੰ ਅਕਾਲੀ BJP ਵਾਂਗ ਮਿੱਠੀਆਂ ਗੋਲੀਆਂ ਦੇਣੀਆਂ ਨਹੀਂ ਆਉਂਦੀਆਂ, ਨਹੀਂ ਹੁਣ ਨੂੰ ਉਹ ਵਿਚਾਰੇ ਚੁੱਪ ਕਰਾ ਲਏ ਹੁੰਦੇ ਜਿਵੇਂ ਇਹਨਾਂ ਦੇ ਟਾਈਮ 'ਚ ਸਮੱਸਿਆ ਇਹਨਾਂ ਦੀ ਖੜੀ ਕੀਤੀ ਹੋਈ ਹੈ, ਪਰ ਵਾਅਦਾ ਕਾਂਗਰਸ ਕਰਕੇ ਹੀ ਇਸ ਲਈ ਨਿਭਾਉਣਾ ਹੁਣ ਕਾਂਗਰਸ ਦਾ ਫਰਜ਼ ਹੈ। ਜੇ ਕੈਪਟਨ ਅਮਰਿੰਦਰ ਇਹਨਾਂ ਦੇ ਨਾਂ 'ਤੇ ਵੋਟਾਂ ਲੈ ਕੇ ਆਏ ਤਾਂ ਨਿਭਾਉਣਾ ਫਰਜ਼ ਹੈ। ਹੁਣ ਇਹ ਕਹਿ ਕੇ ਨਹੀਂ ਸਰਨਾ ਕਿ ਸਾਡੇ ਡੱਬੇ 'ਚ ਦਾਣੇ ਨਹੀਂ ਹੈ ਕਿ ਸਾਡਾ ਪੀਪਾ ਖਾਲੀ ਹੈ, ਪੀਪਾ ਖੜਕਾ ਕੇ ਨਹੀਂ ਸਰਨਾ, ਪਰ ਮੈਂ ਇਸ ਸਾਰੇ ਮਾਮਲੇ ਨੂੰ ਕਿਸੇ ਹੋਰ ਨਜ਼ਰੀਏ ਤੋਂ ਦੇਖਦਾ। ਮੈਂ ਦੇਖ ਰਿਹਾ ਕਿ ਜਿੰਨੀਆਂ ਜਥੇਬੰਦੀਆਂ ਪ੍ਰਦਰਸ਼ਨ ਕਰ ਰਹੀਆਂ ਨੇ ਉਹਨਾਂ ਸਾਰੀਆਂ ਦੀਆਂ ਮੰਗਾਂ ਜਾਇਜ਼ ਨੇ, ਅਤੇ ਚਾਹੇ ਜਿਹੜੀ ਮਰਜ਼ੀ ਪਾਰਟੀ ਦੀ ਸਰਕਾਰ ਹੋਵੇ ਉਹਨਾਂ ਦਾ ਫਰਜ਼ ਹੁੰਦਾ ਆਪਣੇ ਸੂਬੇ ਦੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣਾ, ਕਿਸਾਨੀ ਦਾ ਬਾਂਹ ਫੜਨਾ ਅਤੇ ਲੋੜਵੰਦਾਂ ਨੂੰ ਉਹਦੀ ਸਹੀ ਸਿੱਖਿਆ ਦੇਣੀ, ਸਾਰਾ ਇਹਨਾਂ ਦਾ ਫਰਜ਼ ਹੈ। ਪਰ ਕਾਂਗਰਸ ਪਾਰਟੀ ਇਸ ਲਈ ਚੁੱਪ ਹੈ ਕਿਉਂਕਿ ਉਹਨੂੰ ਪਤਾ ਹੈ ਕਿ ਜਿਹੜਾ ਘਲਾੜੀ 'ਚ ਜਦ ਗੁੜ ਬਣਦਾ ਨਾ ਕਿ ਪਿੰਨਾਂ ਦਾ ਸਾਡੇ ਕੋਲ ਹੈ, ਰੋੜੀਆਂ ਵਾਲੀ ਸ਼ੱਕਰ ਬਾਕੀਆਂ 'ਚ ਵੰਡ ਹੋ ਜਾਣੀ ਹੈ। ਉਹਨੂੰ ਪਤਾ ਕਿ ਜਿੰਨੇ ਰੌਲਾ ਪਾਉਣ ਵਾਲੇ ਨੇ ਇਹਨਾਂ ਨੇ ਵੋਟਾਂ ਜਾ ਕੇ ਪਿੰਡਾਂ 'ਚ ਸਰਪੰਚਾਂ ਦੇ ਕਹੇ 'ਤੇ ਪਾਉਣੀ ਹੈ, ਅੱਧਿਆਂ ਨੇ ਕਾਂਗਰਸ ਨੂੰ ਵੀ ਪਾ ਜਾਣੀ ਹੈ, ਬਾਕੀ ਜਿਹੜੇ ਬਚੇ ਉਹਨਾਂ 'ਚੋਂ ਕੁਛ ਆਪ ਦੀ ਝੋਲੀ ਕਰਨਗੇ, ਆਪ 'ਚੋਂ ਵੀ ਕੁਛ ਖੈਰੇ ਦੀ ਝੋਲੀ ਕਰਨਗੇ, ਕੁਛ ਅਕਾਲੀ ਦਲ ਕੋਲ ਜਾਣਗੇ, ਕੁਛ ਟਕਸਾਲੀ ਅਕਾਲੀਆਂ ਕੋਲ ਜਾਣਗੇ। ਇਸ ਲਈ ਕਾਂਗਰਸ ਮੌਜ ਨਾਲ ਸੌ ਰਹੀ ਹੈ, ਤਾਂ ਹੀ ਕਿਹਾ ਜਾਂਦਾ ਕਿ ਮਹਾਰਾਜਾ ਪਟਿਆਲਾ ਆਪਣੇ ਰਾਜਮਹਿਲ 'ਚ ਮੌਜ ਕਰਦੇ, ਨੂੰ ਪਤਾ ਕਿ ਆਪਣੇ ਆਪ ਹੀ ਸਾਡੇ ਕੋਲ ਸਰਕਾਰ 'ਤੇ ਵੀ 13 ਦੇ 13 MP ਅਸੀਂ ਜਿੱਤ ਲੈਣੇ ਆ, ਉਹਨਾਂ ਨੂੰ ਇਹ ਲੱਗ ਰਿਹਾ। ਇਸ ਲਈ ਉਹ ਨਾ ਕਿਸਾਨਾਂ ਦਾ ਹਾਲ ਪੁੱਛ ਰਹੇ ਨੇ, ਨਾ ਉਹਨਾਂ ਦੇ ਸ਼ਹਿਰ 'ਚ ਨਰਸਾਂ ਜਿਹੜੀਆਂ ਛਾਲ ਵੀ ਮਾਰ ਰਹੀਆਂ ਨੇ ਨਾ ਉਹਨਾਂ ਦੀ ਸਾਰ ਲੈ ਰਹੇ ਨੇ। ਜਿੱਥੇ ਆਸ਼ੂਤੋਸ਼ ਵਰਗੇ ਮੰਤਰੀ ਦੀ ਬਿਆਨਬਾਜ਼ੀ ਹੋਊਗੀ, ਜਿੱਥੇ ਸੋਨੀ ਵਰਗੇ ਦੇ ਭਾਸ਼ਣ ਹੋਣਗੇ ਜਿਹੜੇ ਲੋਕਾਂ ਨਾਲ ਗੱਲ ਵੀ ਨਹੀਂ ਸਿੱਧੀ ਢੰਗ ਨਾਲ ਕਰ ਰਹੇ, ਉੱਥੇ ਫਿਰ ਕੀ ਉਮੀਦ ਕਰੋਗੇ? ਚਾਹੇ ਸਰਕਾਰ ਦੇ ਖਜ਼ਾਨੇ 'ਚ ਪੈਸੇ ਹੋਣ ਚਾਹੇ ਨਾ ਹੋਣ, ਸਵਾਲ ਨੀਅਤ ਦਾ ਹੈ ਅਤੇ ਨੀਤੀ ਦਾ, ਨਾ ਹਾਲੇ ਕਾਂਗਰਸ ਨੇ ਉਸ ਲੈਵਲ 'ਤੇ ਨੀਤੀ ਬਣਾਈ ਹੈ ਨਾ ਇਹਨਾਂ ਦੀ ਨੀਅਤ ਹੈ। ਠੀਕ ਹੈ, ਇਕਬਾਲ ਸਿੰਘ ਆਮ ਆਦਮੀ ਪਾਰਟੀ 'ਤੇ, ਇਕਬਾਲ ਸਿੰਘ ਤੁਸੀਂ ਕਿਵੇਂ ਸਮਝਦੇ ਹੋ ਇਹ ਸਮੱਸਿਆ ਨੂੰ? ਇਹ ਇੱਕੋ ਦਮ ਜਦੋਂ ਇਸ ਤਰ੍ਹਾਂ ਦਾ ਰੋਸ ਸਰਕਾਰ ਦੇ ਖਿਲਾਫ ਪੈਦਾ ਹੋਣਾ, ਕੀ ਇਹ ਚੋਣਾਂ ਤੋਂ ਪਹਿਲਾਂ ਸਰਕਾਰ 'ਤੇ ਦਬਾਅ ਬਣਾਉਣ ਦੀ ਨੀਤੀ ਹੈ ਜਾਂ ਫਿਰ ਸੋਸਾਇਟੀ ਦੇ ਵਿੱਚ ਇਸ ਵਕਤ ਹੈ ਹੀ ਇੰਨਾ ਕੁ ਰੋਸ ਵਧਿਆ ਪਿਆ ਹੈ ਕਿ ਉਹ ਨਿਕਲਦਾ ਹੈਗਾ ਫਿਰ ਇਹਨਾਂ ਪ੍ਰਦਰਸ਼ਨਾਂ ਦੇ ਰਾਹੀਂ? ਗੁਰਪ੍ਰੀਤ ਜੀ ਦੇਖੋ, ਸਮੱਸਿਆ ਤਾਂ ਹੈਗੀ ਇਹ, ਮਤਲਬ ਰੋਸ ਇੱਦਾਂ ਨਹੀਂ ਹੈ ਵੀ ਵੋਟਾਂ ਨੂੰ ਪ੍ਰੈਸ਼ਰ ਵਧਾਉਣ ਵਾਸਤੇ, ਇਹ ਤਾਂ ਪਹਿਲਾਂ ਤੋਂ 2 ਸਾਲ ਤੋਂ ਆਏ ਕੁਛ ਚੱਲਿਆ ਆ ਰਿਹਾ। ਬਾਕੀ ਸਰਕਾਰਾਂ ਵਾਸਤੇ ਕੋਈ ਔਖਾ ਕੰਮ ਵੀ ਹੈ ਨਹੀਂ ਐਡਾ, ਕਿਉਂਕਿ ਸਰਕਾਰ ਨਾ ਕਿੱਥੋਂ ਆਇਆ ਦੇਖੋ,
ਸਰਕਾਰ ਉਹ ਹੁੰਦੀ ਆ ਜਿਹੜੀ ਹਰੇਕ ਕਾਰ ਨੂੰ ਸਰ ਕਰ ਲਵੇ। ਸਰਕਾਰ ਵਾਸਤੇ ਕੋਈ ਕਾਰ ਕੰਮ ਜਿਹੜਾ ਹੈਗਾ ਉਹ ਇਹ ਨਹੀਂ ਹੈ ਵੀ ਇਹ ਹੋ ਨਹੀਂ ਸਕਦਾ, ਕੋਈ ਇਹੋ ਜਿਹੀ ਸਮੱਸਿਆ ਨਹੀਂ ਹੈ, ਸਮੱਸਿਆ ਦਾ ਹੱਲ ਲੱਭਣ ਦੀ ਲੋੜ ਹੈ। ਹੁਣ ਤੁਸੀਂ ਦੇਖੋ ਜਦੋਂ ਦਾ MSP ਤੈਅ ਹੋਇਆ ਕਿਸਾਨਾਂ ਦਾ, ਉਹ ਤੋਂ ਬਾਅਦ ਹੁਣ ਤੱਕ ਲਾ ਲਓ 19% ਵਾਧਾ ਕਿਸਾਨਾਂ ਦੀ ਇਨਕਮ 'ਚ ਹੋਇਆ। ਜਦੋਂ ਦਾ ਪੇ ਕਮਿਸ਼ਨ ਬੈਠਣ ਲੱਗਿਆ ਸਰਕਾਰੀ ਮੁਲਾਜ਼ਮਾਂ ਦੀ 110 ਤੋਂ ਲੈ ਕੇ 160% ਤਨਖਾਹਾਂ 'ਚ ਵਾਧਾ ਹੋ ਗਿਆ। ਜੇ ਉਹਨਾਂ ਦਾ ਵੀ 19% ਵਾਧਾ ਹੁੰਦਾ ਸਰਕਾਰੀ ਨੌਕਰੀਆਂ ਛੱਡ ਜਾਂਦੇ ਲੋਕ, ਪਰ ਕਿਸਾਨ ਅੱਜ ਵੀ ਵਿਚਾਰਾ ਮਰ ਰਿਹਾ, ਉਹ ਜਿਵੇਂ ਨਾ ਤਿਵੇਂ ਇਹਨਾਂ ਨੂੰ ਢਿੱਡ ਪਾਲ ਰਿਹਾ, ਇਹਨਾਂ ਦਾ ਪਰੇ ਸਮੱਸਿਆ ਨੂੰ ਦੇਖ ਨਹੀਂ ਰਹੇ। ਜੇ ਕਿਸਾਨ ਹੀ ਮਰ ਗਿਆ ਤੁਸੀਂ ਕਿੱਥੋਂ ਖਾਓਗੇ? ਹੁਣ ਆ ਜਾਓ ਮੁਲਾਜ਼ਮਾਂ 'ਤੇ, ਮੁਲਾਜ਼ਮਾਂ ਤੁਸੀਂ ਸਾਰਾ ਕੁਛ ਪ੍ਰਾਈਵੇਟ ਕਰਤਾ, ਕੀ ਗੱਲ ਪੇ ਕਮਿਸ਼ਨ ਕੁਛ ਖਾਸ ਬੰਦਿਆਂ ਵਾਸਤੇ ਰਹਿ ਗਿਆ? ਇਹ ਵੀ ਤਾਂ ਸਰਕਾਰੀ ਮੁਲਾਜ਼ਮ ਹੈ ਜਿਹੜੇ 10-10, 12-12 ਹਜ਼ਾਰ, 5-5 ਹਜ਼ਾਰ, 51-78 ਵਾਲੇ ਵਿਚਾਰੇ 10-5, 6-6 ਹਜ਼ਾਰ, ਪਰ ਸ਼ਰਮ ਨਹੀਂ ਆਉਂਦੀ ਤੁਹਾਨੂੰ? ਠੀਕ ਹੈ ਉਹਨਾਂ ਦੀ ਪੜ੍ਹਾਈ ਐਜੂਕੇਸ਼ਨ ਦੇ ਅਕੋਰਡਿੰਗ ਨਹੀਂ ਹੈ, ਪਰ ਉਹਨਾਂ ਨੂੰ ਐਡਜਸਟ ਦੂਜੇ ਡਿਪਾਰਟਮੈਂਟਾਂ 'ਚ ਕਰ ਦਿਉ, ਉਹ ਵੀ ਤਾਂ ਖਾਲੀ ਪਏ ਹੈਗੇ। ਕਰ ਸਕਦੀ ਹੈ ਸਰਕਾਰ, ਪਰ ਸਰਕਾਰੀ ਇਹ ਸਮਝਦੀ ਹੋ ਨਹੀਂ ਹੈ ਵੀ ਖਜ਼ਾਨਾ ਖਾਲੀ ਲੋਕਾਂ ਨੇ ਨਹੀਂ ਕੀਤਾ, ਖਜ਼ਾਨਾ ਖਾਲੀ ਇਹਨਾਂ ਦੇ ਅਫਸਰਾਂ ਨੇ, ਵੱਡੇ ਵੱਡੇ ਨੇਤਾ ਨੇ, ਇਹਨਾਂ ਦੀਆਂ ਇਨਕਮਾਂ ਕੱਢ ਕੇ ਦੇਖ ਲਓ 5 ਸਾਲ 'ਚ ਜੇ ਚੌਗਣੀਆਂ 5 ਗੁਣਾ ਨਾ ਹੋ ਗਈਆਂ ਹੁਣ। ਇਸ ਕਰਕੇ ਪੈਸਾ ਤਾਂ ਉੱਥੋਂ ਕੱਢਣ ਦੀ ਲੋੜ ਹੈ। ਚਲੋ ਠੀਕ ਹੈ, ਗੁਰਪ੍ਰੀਤ ਸਿੰਘ ਸੰਧੂ ਮਿਲਣੀਆਂ, ਬਾਕੀ ਲੋਕਾਂ ਨੂੰ ਵੀ ਮੈਂ ਅਪੀਲ ਕਰਦਾ 5 ਸਾਲ ਬਾਅਦ ਤੁਹਾਡੇ ਕੋਲ ਇਹੀ ਮੌਕਾ ਹੁੰਦਾ। ਠੀਕ ਹੈ, ਹੁਣ ਤੁਸੀਂ ਆਪਣਾ ਬਟਣੀ ਦੱਬਣਾ, ਇਹ ਰੋਸ ਮਜ਼ਾਰੇ ਜਿੰਨੇ ਮਰਜ਼ੀ ਕਰੋ, ਇਹਦਾ ਕੋਈ ਹੱਲ ਨਹੀਂ। ਠੀਕ ਹੈ ਗੁਰਪ੍ਰੀਤ ਸਿੰਘ ਸੰਧੂ, ਕੀ ਵਜ੍ਹਾ ਕੀ ਹੈ ਕਿ ਇਹ ਸਮੱਸਿਆਵਾਂ ਕੋਈ ਅੱਜ ਦੀਆਂ ਨਹੀਂ, ਪਿਛਲੇ ਲੰਬੇ ਸਮੇਂ ਤੋਂ ਚੱਲੀਆਂ ਆਉਂਦੀਆਂ, ਪਰ ਫਿਰ ਵੀ ਸਿਆਸੀ ਪਾਰਟੀਆਂ ਦੇ ਕੰਨਾਂ 'ਤੇ ਜੂ ਨਹੀਂ ਸਰਕਦੀ? ਦੀਪਕ ਸ਼ਰਮਾ ਹੋਰਾਂ ਨੇ ਥੋੜ੍ਹੀ ਦੇਰ ਪਹਿਲਾਂ ਇਹ ਗੱਲ ਆਖੀ ਕਿ ਉਹਨਾਂ ਨੂੰ ਭਰੋਸਾ ਹੈ ਇਸ ਚੀਜ਼ ਦਾ ਕਿ ਯੂਨਿਟੀ ਨਾਂ ਦੀ ਕੋਈ ਚੀਜ਼ ਨਹੀਂ ਹੈ ਇਹਨਾਂ ਜਥੇਬੰਦੀਆਂ ਦੇ ਵਿੱਚ ਵੀ, ਜਾਂ ਇਹਨਾਂ ਜਥੇਬੰਦੀਆਂ ਦਾ ਅਸਰ ਕੋਈ ਸਾਡੇ ਪੋਲੀਟੀਕਲ ਮੋਟਿਵਸ 'ਤੇ ਨਹੀਂ ਪੈਣਾ ਗਾ। ਗੁਰਪ੍ਰੀਤ ਜੀ, ਇੱਕ ਗੱਲ ਤਾਂ ਮੈਂ ਦੀਪਕ ਜੀ ਨਾਲ ਥੋੜ੍ਹਾ ਜਿਹਾ ਡਿਫਰ ਕਰਦਾ ਕਿ ਜਿਹੜੀ ਸਰਕਾਰ ਹੁੰਦੀ ਆ ਉਹਦੀ ਨੈਤਿਕ ਜ਼ਿੰਮੇਵਾਰੀ ਹੁੰਦੀ ਆ ਆਪਦੀ ਸਟੇਟ ਦਾ ਵੈਲਫੇਅਰ ਕਰਨਾ, ਆਪਦੇ ਮੁਲਾਜ਼ਮਾਂ ਦਾ ਧਿਆਨ ਰੱਖਣਾ। ਬੇਸ਼ੱਕ ਓਪੋਜੀਸ਼ਨ ਇਕੱਠੀ ਹੈ, ਬੇਸ਼ੱਕ ਓਪੋਜੀਸ਼ਨ ਖਿੰਡੀ ਹੋਈ ਆ, ਸਰਕਾਰ ਆਪਦੀ ਨੈਤਿਕ ਜ਼ਿੰਮੇਵਾਰੀ ਤੋਂ ਕਦੇ ਨਹੀਂ ਭੱਜ ਸਕਦੀ। ਜੇ ਭੱਜਦੀ ਹੈ ਤਾਂ ਉਹ ਸਰਕਾਰ ਨਹੀਂ ਗੀ, ਉਹ ਠੱਗਾਂ ਦਾ ਗਿਰੋਹ ਤਾਂ ਕਿਹਾ ਜਾ ਸਕਦਾ। ਮੈਂ ਤਾਂ ਪਹਿਲਾਂ ਹੀ ਕਿਹਾ ਕਿ ਇਹ ਤਾਂ ਨੀਤੀ ਨਹੀਂ ਹੈ। ਹਾਂਜੀ ਦੀਪਕ ਜੀ, ਬਿਲਕੁਲ। ਅਤੇ ਦੂਸਰੀ ਗੱਲ, ਇਸ ਵੇਲੇ ਜਿਹੜੀ ਪੰਜਾਬ ਦੀ ਜਾਂ ਕਮੋ ਬੇਸ਼ ਸਾਰੇ ਇੰਡੀਆ ਦੀ ਜਿਹੜੀ ਹਾਲਤ ਹੈ, ਗੁਰਪ੍ਰੀਤ ਜੀ, ਇੱਕ ਆਮ ਬੰਦੇ ਦਾ 95% ਪਬਲਿਕ ਦਾ ਅਸਤਿਤਵ ਹੀ ਉਹਨਾਂ ਨੂੰ ਐਂ ਲੱਗਦਾ ਸਾਡਾ ਸੰਕਟ 'ਚ ਹੈ, ਸਾਡੀ ਹੋਂਦ ਹੀ ਸੰਕਟ 'ਚ ਹੈਗੀ ਆ। ਠੀਕ, 70 ਸਾਲ ਬਾਅਦ ਆਪਦੇ ਬੱਚੇ ਪਾਲਣ ਵਾਸਤੇ, ਘਰ 'ਤੇ ਇੱਕ ਛੱਤ ਬਣਾਉਣ ਵਾਸਤੇ, ਐਜੂਕੇਸ਼ਨ ਵਾਸਤੇ, ਹੈਲਥ ਵਾਸਤੇ ਬੰਦਿਆਂ ਕੋਲ ਪੈਸਾ ਨਹੀਂ ਹੈ। ਇਹ ਜਿਹੜੇ ਮੁੱਦੇ ਪੈਦਾ ਹੁੰਦੇ ਆ, ਅਨਇੰਪਲਾਇਮੈਂਟ 'ਚ ਪੈਦਾ ਹੁੰਦੇ ਆ, ਉਹਨਾਂ ਦੇ ਸਾਹਮਣੇ ਆਪਦੇ ਪਰਿਵਾਰ ਨੂੰ ਪਾਲਣ ਦਾ ਸੰਕਟ ਖੜਾ ਹੋਇਆ, ਭਾਵੇਂ ਉਹ ਕਿਸਾਨ ਹੋਵੇ, ਭਾਵੇਂ ਉਹ ਇੰਪਲਾਈ ਹੋਵੇ, ਅਤੇ ਭਾਵੇਂ ਉਹ ਵਪਾਰੀ ਹੋਵੇ, ਭਾਵੇਂ ਉਹ ਛੋਟਾ ਇੰਡਸਟਰੀਲਿਸਟ ਹੋਵੇ। ਚਲੋ ਠੀਕ ਹੈ, ਇੱਕ ਬੰਦਾ ਇਸ ਵੇਲੇ ਵੰਗਾਰ ਕੱਟ ਰਿਹਾ। ਸੋ ਕਈ ਖਾਸ ਮਹਿਮਾਨ ਸਾਡੇ ਬਣੇ ਹੋਏ ਨੇ। ਜਸਵੀਰ ਸਿੰਘ, ਕਿਸਾਨ ਆਗੂ ਨੇ ਅੰਮ੍ਰਿਤਸਰ ਤੋਂ, ਜਿੱਥੇ ਕਿਸਾਨਾਂ ਦੇ ਵੱਲੋਂ ਆਪਣਾ ਧਰਨਾ ਚੱਲ ਰਿਹਾ, ਕਿਸਾਨਾਂ ਨੇ ਪਿਛਲੇ 2 ਦਿਨ ਤੋਂ ਦਿੱਲੀ ਅੰਮ੍ਰਿਤਸਰ ਰੇਲਵੇ ਟਰੈਕ ਜਾਮ ਕੀਤਾ ਹੋਇਆ। ਜਸਵੀਰ ਸਿੰਘ, ਕੀ ਮੰਗਾਂ ਨੇ, ਕੀ ਸਮੱਸਿਆਵਾਂ ਨੇ ਸਰ? ਰੇਲਵੇ ਟਰੈਕ ਇਸ ਤਰ੍ਹਾਂ ਜਾਮ ਕੀਤਾ ਹੈ, ਅੱਜ ਹਾਈ ਕੋਰਟ ਨੂੰ ਵੀ ਇਹਦੇ 'ਤੇ ਨੋਟਿਸ ਲੈਣਾ ਪਿਆ।
ਕਿ ਜਿਹੜਾ ਸਾਡਾ ਕਿਸਾਨ ਆ ਉਹਨੂੰ ਅੰਨਦਾਤੇ ਦਾ ਜਿਹੜਾ ਵਾ ਰੁਤਬਾ ਦਿੱਤਾ ਗਿਆ ਵਾ, ਪਰ ਅੱਜ ਜਿਹੜਾ ਕਿਸਾਨ ਆ ਪੂਰੀ ਕਿਸਾਨੀ ਜਿਹੜੀ ਰੁਲ ਰਹੀ ਆ। ਅੱਜ ਮੈਂ ਰੇਲਵੇ ਟਰੈਕ ਦੇ ਉੱਤੋਂ ਪੱਥਰਾਂ ਉੱਠ ਕੇ ਜਿਹੜਾ ਚੈਨਲ ਦੇ ਥਰੂ ਆਇਆ ਮੈਂ ਅੱਜ, ਪਰ ਉਹਦੇ ਵਿੱਚ ਅਸੀਂ ਵੇਖਿਆ ਵਾ ਕਿ ਜਿਹੜੀਆਂ 70 ਸਾਲ ਤੋਂ ਕਿਸਾਨ ਪੱਖੀ ਕੋਈ ਨੀਤੀ ਬਣਾਈ ਨਹੀਂ ਗਈ, ਵੱਖ ਵੱਖ ਤਰ੍ਹਾਂ ਦੀਆਂ ਸਰਕਾਰਾਂ ਆਈਆਂ, ਕੋਈ ਕਿਸਾਨ ਪੱਖੀ ਨੀਤੀ ਬਣਾਈ ਨਹੀਂ ਗਈ। ਅੱਜ ਪੰਜਾਬ ਦੇ ਵਿੱਚ ਸਾਨੂੰ ਕਿਹਾ ਜਾ ਰਿਹਾ ਕਿ ਵਿਭਿੰਨਤਾ ਲਿਆਓ ਫਸਲਾਂ ਦੇ ਵਿੱਚ। ਵਿਭਿੰਨਤਾ ਕਿਸ ਗੱਲ ਦੀ ਲਿਆਈਏ? ਆਹ ਅਸੀਂ ਕਣਕ ਝੋਨੇ ਤੋਂ ਉੱਠ ਕੇ ਸਾਡੀ ਸ੍ਰੀ ਹਰਗੋਬਿੰਦਪੁਰ ਦੀ ਜਿਹੜੀ ਬੈਲਟ ਆ ਉਹਦੇ ਵਿੱਚ ਗੰਨੇ ਵਾਲੀ ਬੈਲਟ ਆ, ਉਹ ਗੰਨਾ ਉੱਥੇ ਲੱਗਾ ਹੋਇਆ ਵਾ। ਉਹ ਗੰਨੇ ਵਾਲਿਆਂ ਨੂੰ ਜਿਹੜਾ ਵਾ ਪਿਛਲੇ ਸਾਲ ਤੋਂ ਜਿਹੜਾ ਉਹਨਾਂ ਨੇ ਗੰਨਾ ਜਿਹੜਾ ਆਪਣਾ ਮਿੱਲਾਂ ਨੂੰ ਦਿੱਤਾ ਹੋਇਆ ਵਾ, ਉਹਨਾਂ ਨੂੰ ਅਜੇ ਤੱਕ ਕੋਈ ਬਕਾਇਆ ਨਹੀਂ ਦਿੱਤਾ ਜਾ ਰਿਹਾ। 400 ਕਰੋੜ ਰੁਪਈਆ ਜੇ ਬਕਾਇਆ ਉਹਨਾਂ ਦਾ ਮਿੱਲਾਂ ਵਾਲਿਆ, ਅਤੇ ਪਿਛਲੇ ਦਿਨੀ ਵੱਖ ਵੱਖ ਲੋ ਜਿਹੜੀਆਂ ਜਥੇਬੰਦੀਆਂ ਨੇ ਧਰਨੇ ਵੀ ਲਾਏ ਮਿੱਲਾਂ ਦੇ ਅੱਗੇ। ਅਸੀਂ ਵੀ ਜਿਹੜਾ ਬਟਾਲਾ ਦੇ ਵਿੱਚ ਜਿਹੜਾ ਸੀਗਾ ਰੇਲਵੇ ਰੇਲ ਟਰੈਕ ਰੋਕ ਕੇ ਜਿਹੜਾ ਸੀਗਾ ਸਰਕਾਰ ਨੂੰ ਮਜਬੂਰ ਕੀਤਾ ਸੀ, ਸਰਕਾਰ ਉੱਥੇ ਮੰਨੀ ਸੀ ਸਾਡੇ ਨਾਲ ਕਿ ਅਸੀਂ 3 ਕਿਸ਼ਤਾਂ ਦੇ ਵਿੱਚ ਜਿਹੜੇ ਗੰਨਾ ਬਕਾਇਆ ਦੀ ਜਿਹੜੀ ਰਾਸ਼ੀ ਆ ਉਹ ਪੇਮੈਂਟ ਕਰ ਦੇਵਾਂਗੇ, ਪਰ ਅਜੇ ਤੱਕ ਵੀ ਉਹਨਾਂ ਨੇ ਕੋਈ ਉੱਥੇ ਜਿਹੜੀ ਆ ਨਹੀਂ ਕੀਤੀ। ਅਸੀਂ ਆ ਪਿਛਲੇ ਥੋੜ੍ਹੇ ਦਿਨਾਂ 'ਚ ਜਿਹੜਾ ਫਿਰ ਕੀੜੀ ਮਿੱਲ ਦੇ ਅੱਗੇ ਧਰਨਾ ਲਾਇਆ ਸੀਗਾ, ਉਸ ਧਰਨੇ ਨੂੰ ਜਿਹੜਾ ਸੀਗਾ ਤਾਰ ਪੀਡੋ ਕਰਨ ਵਾਸਤੇ ਉਸ ਜਿਹੜਾ ਇਲਾਕੇ ਦਾ ਵਿਧਾਇਕ ਆ ਉਹਦਾ ਇੱਕ ਜਿਹੜਾ ਸੀਗਾ ਸਰਗਣਾ ਉੱਥੇ ਜਿਹੜਾ ਜਿਹਨੂੰ ਅਸੀਂ ਗੁੰਡਿਆਂ ਦੇ ਟੈਪ ਕਹਿ ਦਿੰਦੇ ਹਾਂ, ਉਹਨੇ ਆਪਣੇ ਜਿਹੜਾ ਇੱਕ ਪੁਲਿਸ ਦੀ ਹਾਜ਼ਰੀ ਦੇ ਵਿੱਚ DSP ਦੀ ਹਾਜ਼ਰੀ ਦੇ ਵਿੱਚ ਆਪਣੇ ਗੁੰਡੇ ਜਿਹੜੇ ਲਿਆ ਕੇ ਸੀਗੇ ਉਸ ਧਰਨੇ ਦੇ ਉੱਤੇ ਜਿਹੜਾ ਸੀਗਾ ਉਹਨੇ ਅਟੈਕ ਕਰਵਾਇਆ ਸੀਗਾ ਅਤੇ ਉਹਨੂੰ ਇੱਥੋਂ ਧਰਨਾ ਖੇਡਣਾ ਚਾਹੁੰਦਾ ਸੀਗਾ, ਪਰ ਕਿਸਾਨਾਂ ਨੇ ਆਪਣੀ ਜਦੋਂ ਜਹਿਦ ਦੇ ਨਾਲ ਉਹ ਧਰਨੇ ਨੂੰ ਜਿਹੜਾ ਸੀਗਾ ਉੱਥੇ ਕਾਮਯਾਬ ਕੀਤਾ। ਚਲੋ ਠੀਕ ਹੈ ਜਸਬੀਰ ਸਿੰਘ, ਮੈਂ ਦਰਅਸਲ ਟਾਈਮ ਘੱਟ ਹੈ ਇਸ ਕਰਕੇ ਮੈਂ ਤੁਹਾਡੇ ਤੋਂ ਸਿੱਧਾ ਸਿੱਧਾ ਜਾਣਨਾ ਚਾਹੁੰਦਾ, ਇਸ ਵਾਰ ਜਦੋਂ ਤੁਸੀਂ ਹੁਣ ਟਰੈਕ ਤੇ ਬੈਠੇ ਹੋ ਕਿਹੜੀਆਂ ਮੁੱਖ ਮੰਗਾਂ ਲੈ ਕੇ ਬੈਠੇ ਹੋ? ਇੱਥੇ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਆ, ਉਹਨਾਂ ਤੋਂ ਤੁਹਾਡਾ ਸਵਾਲ ਹੈ ਜਿਹੜੀਆਂ ਮੁੱਖ ਮੰਗਾਂ ਸਨ ਜੀ? ਹਾਂਜੀ ਵੇਖੋ, ਮੁੱਖ ਮੰਗਾਂ ਦੇ ਇੱਕ ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਆ ਸਾਡੀ, ਸਮੁੱਚਾ ਕਰਜ਼ਾ ਵਾ ਉਹਦੇ ਨਾਲ ਜਿਹੜੀ ਸ਼ਾਂਤਾ ਕੁਮਾਰ ਕਮੇਟੀ ਦੇ ਨਾਲ ਜਿਹੜੀ ਆ ਖੇਤੀ ਆਪਣੀ ਖੇਤੀ ਮੰਡੀ ਆ ਉਹਨੂੰ ਤੋੜਿਆ ਜਾ ਰਿਹਾ, ਉਹ ਸਾਡੀਆਂ ਹੈਗੀਆਂ ਗੀਆਂ। ਉਹਦੇ ਨਾਲ ਜਿਹੜੀਆਂ ਪੰਜਾਬ ਸਰਕਾਰ ਦੇ ਨਾਲ ਆ ਜਿਹੜੀਆਂ ਸਾਡੀਆਂ ਉਹ ਜਿਹੜਾ ਇਹਨੇ ਚੋਣਾਂ 'ਚ ਵਾਅਦੇ ਕੀਤੇ, ਸਮੁੱਚਾ ਕਰਜ਼ਾ ਮਾਫ਼ ਕਰਨ ਵਾਲੀ ਗੱਲ ਕਹੀ ਸੀ, ਘਰ ਘਰ ਨੌਕਰੀ ਦੇਣ ਦੀ ਗੱਲ ਕਹੀ ਸੀ, ਬੇਰੁਜ਼ਗਾਰਾਂ ਨੂੰ ਪੱਤਾ ਦੇਣ ਦੀ ਗੱਲ ਕਹੀ ਸੀ, ਉਹਦੇ ਨਾਲ ਜਿਹੜੀਆਂ 2000 ਪੈਨਸ਼ਨ ਦੇਣ ਦੀ ਗੱਲ ਕਹੀ ਸੀ, ਉਹ ਸਾਰੀਆਂ ਮੰਗਾਂ ਲੈ ਕੇ। ਚਲੋ ਠੀਕ ਹੈ ਠੀਕ ਹੈ ਰਿੰਪਲ ਮਿੱਡਾ, ਮਿੱਡਾ ਸਾਹਿਬ, ਬਾਕੀ ਚਰਚਾ ਤਾਂ ਬੜੀ ਜਨਰਲ ਹੋ ਗਈ ਹੈ, ਇਹ ਜਿਹੜੀ ਪੂਰਾ ਕਰਜ਼ਾ ਮਾਫ਼ ਕਰਨ ਦੀ ਹੈ ਚਰਚਾ ਤਾਂ ਹੋ ਗਈ ਬੜੀ ਜਨਰਲ, ਇਹ ਤਾਂ ਹਰ ਤੀਜੇ ਦਿਨ ਇਹਦੇ 'ਤੇ ਸਵਾਲ ਹੁੰਦਾ, ਪਰ ਇੱਕ ਸਪੈਸੀਫਿਕ ਜੀ ਚੀਜ਼ ਹੈ ਗੰਨੇ ਦਾ ਬਕਾਇਆ, ਸਰਕਾਰ ਗੰਨੇ ਦਾ ਬਕਾਇਆ ਕਿਉਂ ਨਹੀਂ ਦਿੰਦੀ ਇਹਨਾਂ ਦਾ? ਮਤਲਬ 400 ਕਰੋੜ ਰੁਪਇਆ ਕਿੱਡੀ ਕੁ ਵੱਡੀ ਰਕਮ ਹੈ, ਕਿੰਨੇ ਵਾਰ ਇਸ ਗੱਲ ਨੂੰ ਲੈ ਕੇ ਲਾਰੇ ਲੱਗਣਗੇ ਵੀ ਗੰਨੇ ਦਾ ਬਕਾਇਆ ਹੁਣ ਅਕਾਊਂਟ ਨੰਬਰ ਦੇ ਦਿਓ, ਹੁਣ ਆਊਗਾ ਹੁਣ ਆਊਗਾ, ਕਦੋਂ ਤੱਕ ਚੱਲੂਗਾ ਇਹ? ਹਰਪ੍ਰੀਤ ਜੀ, ਜਿਹੜਾ ਇਹ 400 ਕਰੋੜ ਰੁਪਈਏ ਦਾ ਗੰਨੇ ਦਾ ਬਕਾਇਆ 2016-17 ਦੀ ਪੜਾਈ ਦਾ ਬਕਾਇਆ ਰਹਿੰਦਾ ਹੈ, ਉਸ ਦੇ ਵਿੱਚ ਸਰਕਾਰ ਨੇ ਜਿਹੜਾ 25 ਕਰੋੜ ਦੀ ਰਾਸ਼ੀ ਆਲਰੇਡੀ ਜਾਰੀ ਕੀਤੀ ਹੋਈ ਹੈ, ਔਰ ਉਸ ਤੋਂ ਬਾਅਦ ਜਿਹੜਾ ਬਕਾਇਆ ਰਹਿ ਗਿਆ ਉਸ ਨੂੰ ਵੀ ਅਸੀਂ ਜਿਹੜਾ ਜਲਦ ਹੈ ਜਿਹੜਾ ਇਹ ਬਕਾਇਆ ਦੇ ਦੇਣਾ, ਔਰ ਨਾਲ ਦੀ ਨਾਲ ਜਲਦ ਮਤਲਬ ਕਿੰਨਾ ਜਲਦ ਉਹਨਾਂ ਨੂੰ ਸਖ਼ਤ ਹਦਾਇਤ ਕੀਤੀ ਗਈ ਹੈ। ਤੁਸੀਂ ਹੁਣ ਆਪਣੇ ਕੋ ਆਪਣੇ ਮੂੰਹੋਂ ਆਖਿਆ 2016-17 ਦੀ ਪੜਾਈ ਦਾ, ਇਹ ਉਸ ਸੀਜ਼ਨ ਦਾ ਹੈ 3 ਸਾਲ ਪਹਿਲਾਂ ਦਾ, ਉਹ ਅੱਜ ਤੱਕ ਨਹੀਂ ਜਲਦ ਆਈ ਤਾਂ ਹੋਰ ਕਿੰਨੀ ਹੋਰ ਕਦੋਂ ਹੁਣ ਜਲਦ ਆਊਗੀ ਫਿਰ? ਨਹੀਂ ਨਹੀਂ ਅਸੀਂ ਉਸ 'ਚ ਅਸੀਂ 25 ਕਰੋੜ ਰੁਪਈਆ ਉਸ ਦੇ ਵਿੱਚ ਦਿੱਤਾ ਹੈ ਆ ਕੇ, ਔਰ ਉਸ ਤੋਂ ਬਾਅਦ ਜਿਹੜਾ ਇਹ ਜਿਹੜੀ ਤੁਸੀਂ ਜਲਦ ਦੀ ਗੱਲ ਕਹਿ ਰਹੇ ਹੋ, ਮੁੱਖ ਮੰਤਰੀ ਸਾਹਿਬ ਦੇ ਸਾਰਾ ਜਿਹੜਾ ਇਹ ਗੱਲ ਨੋਟਿਸ 'ਚ ਆ ਚੁੱਕੀ ਹੈ,
ਔਰ ਉਹਨਾਂ ਨੇ ਵੀ ਜਿਹੜੀ ਹੈ ਇਸ ਗੱਲ ਦੇ ਉੱਤੇ ਤੁਰੰਤ ਨਿਰਦੇਸ਼ ਦਿੱਤੇ ਨੇ ਕਿ ਜਿੰਨੀਆਂ ਪ੍ਰਾਈਵੇਟ ਮਿੱਲਾਂ ਹੈ ਉਹਨਾਂ ਵੱਲੋਂ ਭੁਗਤਾਨ, ਔਰ ਨਾਲ ਦੀ ਨਾਲ ਜਿਹੜਾ ਹੈ 25 ਰੁਪਏ ਦੇ ਬੋਨਸ ਦਾ ਵੀ ਐਲਾਨ ਕੀਤਾ, ਔਰ ਉਸ ਤੋਂ ਇਲਾਵਾ ਜਿਹੜੀ ਇਹ ਬਕਾਇਆ ਰਾਸ਼ੀ ਹੈ ਉਸ ਨੂੰ ਵੀ ਮੈਨੂੰ ਲੱਗਦਾ ਕਿ 15-20 ਦਿਨਾਂ ਦੇ ਵਿੱਚ ਜਿਹੜਾ ਇਹ ਵੀ ਜਿਹੜੀ ਰਾਸ਼ੀ ਦੇ ਦਿੱਤੀ ਜਾਊਗੀ। ਚਲੋ ਠੀਕ ਹੈ, ਜਸਵੀਰ ਸਿੰਘ ਕਹਿ ਰਹੇ ਹੈ, ਜਸਵੀਰ ਸਿੰਘ ਜੀ ਰਿੰਪਲ ਮਿੱਡਾ ਕਾਂਗਰਸ ਦੇ ਨੁਮਾਇੰਦੇ ਆ, ਕਹਿ ਰਹੇ 15-20 ਦਿਨ ਦੇ ਵਿੱਚ ਗੰਨੇ ਦੀ ਬਕਾਇਆ ਰਾਸ਼ੀ ਦਿੱਤੀ ਜਾਊਗੀ। ਪਰ ਰਿੰਪਲ ਮਿੱਡਾ ਸਾਹਿਬ, ਤੁਸੀਂ ਕਹਿ ਰਹੇ ਹੋ ਮੁੱਖ ਮੰਤਰੀ ਹੋਰਾਂ ਨੇ ਨੋਟਿਸ ਲੈ ਲਿਆ, ਤੁਹਾਨੂੰ ਯਾਦ ਹੋਊਗਾ ਸਹਿਕਾਰਤਾ ਮੰਤਰੀ ਨੇ, ਕਰੀਬ 1.5 ਮਹੀਨਾ ਪੁਰਾਣੀ ਗੱਲ ਹੈ ਜਦੋਂ ਇਹ ਗੱਲ ਆਖੀ ਸੀ ਕਿ ਅਸੀਂ ਗੰਨੇ ਦਾ ਬਕਾਇਆ ਦੇ ਰਹੇ ਹਾਂਗੇ, ਉਦੋਂ ਐਜੀਟੇਸ਼ਨ ਜਦੋਂ ਵੱਡਾ ਐਜੀਟੇਸ਼ਨ ਕਿਸਾਨਾਂ ਨੇ ਕੀਤਾ ਉਦੋਂ ਇਹ ਗੱਲ ਨਿਬੜ ਗਈ ਸੀ ਕਿ ਗੰਨੇ ਦਾ ਬਕਾਇਆ ਹੁਣ ਦੇ ਦਿੱਤਾ ਜਾਊਗਾ, ਪਰ ਉਹ ਹਾਲੇ ਤੱਕ ਉੱਥੇ ਦਾ ਉੱਥੇ ਖੜਾ ਮਸਲਾ। ਨਹੀਂ, ਸਹਿਕਾਰਤਾ ਮੰਤਰੀ ਨੇ ਬਿਲਕੁਲ ਬਕਾਇਦਾ ਤੌਰ ਦੇ ਉੱਤੇ ਲਿਖਤੀ ਰੂਪ ਦੇ ਵਿੱਚ ਜਿਹੜਾ ਹੈ ਉਹ ਭੇਜਿਆ ਹੋਇਆ, ਔਰ ਇਸ ਦੇ ਉੱਤੇ ਮੈਂ ਤਾਂ ਹੀ ਕਹਿ ਰਿਹਾ ਕਿ ਉਹਨਾਂ ਦੇ ਜਿਹੜੀ ਉਸ ਵੇਲੇ ਦੀ ਇਹ ਸਾਰੀ ਗੱਲ ਨੂੰ, ਸਾਰਾ ਜਿਹੜਾ ਇਹ ਕੇਸ ਹੈ ਉਸ ਨੂੰ ਬਕਾਇਦਾ ਤੌਰ ਦੇ ਉੱਤੇ ਲਿਖ ਕੇ ਭੇਜਿਆ ਹੋਇਆ, ਔਰ ਇਹ ਜਿਹੜੀ ਤਾਂ ਹੀ ਮੈਂ ਕਹਿ ਰਿਹਾ ਕਿ ਜਿਹੜੀ ਰਾਸ਼ੀ ਹੈ ਜਲਦ ਰਿਲੀਜ਼ ਹੋ ਜਾਏਗੀ। ਮਤਲਬ ਲਿਖ ਕੇ ਭੇਜਿਆ ਹੋਇਆ, ਮਾਲਵਿੰਦਰ ਸਿੰਘ ਕੰਗ ਸਾਹਿਬ ਕੀ ਕਹਿਣਾ ਚਾਹੋਗੇ ਹੁਣ ਲਿਖ ਕੇ ਭੇਜਿਆ ਹੋਇਆ, ਇਹ ਕਿੰਨਾ ਕੁ ਗਲੇ ਉੱਤਰਦੀ ਹੈ ਇਹ ਗੱਲ? ਮਤਲਬ ਸਰਕਾਰ ਹੈ, ਸਰਕਾਰ ਨੇ ਜੇ ਦੇਣਾ ਹੋਵੇ ਅਗਲੇ ਦਿਨ ਨੂੰ ਤੁਹਾਡਾ ਬਕਾਇਆ ਮਿਲ ਸਕਦਾ ਦੇ। ਗੁਰਪ੍ਰੀਤ ਜੀ, ਬਦਕਿਸਮਤੀ ਇਸ ਮੁਲਕ ਦੀ ਇਹ ਹੈ ਵੀ ਆਜ਼ਾਦੀ ਤੋਂ ਬਾਅਦ ਜਿਹੜਾ ਉਹ ਕਿਸਾਨ ਆਗੂ ਨੇ ਜਿਹੜੀ ਗੱਲ ਕਹੀ ਵੀ ਕਿਸਾਨਾਂ ਦੇ ਪ੍ਰਤੀ ਕੋਈ ਠੋਸ ਜਿਹੜੀ ਇੱਕ ਨੀਤੀ ਨਹੀਂ ਬਣੀ, ਉਹਦੇ ਲਈ ਮੈਂ ਇਹ ਨਹੀਂ ਕਹਿੰਦਾ ਵੀ ਤਕਰੀਬਨ ਜਿੰਨੀਆਂ ਵੀ ਸਰਕਾਰਾਂ ਸਾਰੀਆਂ ਜ਼ਿੰਮੇਵਾਰ ਰਹੀਆਂ ਇਹਦੇ 'ਚ ਕੋਈ ਤੁਹਾਡੇ ਆਰੇ ਵੀ ਕਹਿ ਰਹੇ ਆ, ਉਹ ਕਹਿ ਰਹੇ ਆ ਸਵਾਮੀਨਾਥਨ ਦੀ ਰਿਪੋਰਟ ਵੀ ਲਾਗੂ ਕਰੋ, ਪੰਜਾਬ ਜਿਹੜਾ ਸਭ ਤੋਂ ਮੋਰੀ। ਮੈਂ ਤੁਹਾਡੇ ਆਰੇ ਵੀ ਕਹਿ ਰਹੇ ਆ ਰਿਹਾ ਸੀ, ਮੈਂ ਆਪ ਹੀ ਮੰਨ ਲਿਆ ਨਾ ਜੀ ਵੀ ਕਿਸਾਨ ਸਾਡੀ ਸਵਾਮੀਨਾਥਨ ਵਿੱਚ ਬੜਾ ਇੰਪੋਰਟੈਂਟ ਡਾਕੂਮੈਂਟ ਹੈ ਜਿਹਦੇ 'ਚ ਬਹੁਤ ਕੁਛ ਨਹੀਂ ਲੇਕਿਨ ਕੁਛ ਨਾ ਕੁਛ ਇਸ ਮੌਜੂਦਾ ਬਿਲਕੁਲ। ਮੈਂ ਜਿਹੜੀ ਗੱਲ ਕੀਤੀ ਜੇ ਆਪਾਂ ਪੰਜਾਬ ਦੇ ਸੰਦਰਭ 'ਚ ਗੱਲ ਕਰੀਏ, ਮਸਲਾ ਪੰਜਾਬ ਦੇ ਸੰਦਰਭ 'ਚ ਇਹ ਆ ਵੀ ਜਿਹੜਾ ਕਮਿਊਨੀਕੇਸ਼ਨ ਹੈ ਸਰਕਾਰ ਦਾ ਲੋਕਾਂ ਨਾਲ, ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ, ਉਹਦੇ ਸਭ ਤੋਂ ਵੱਡੀ ਪ੍ਰੋਬਲਮ ਆ। ਲਿਖਤ ਮਿੱਡਾ ਸਾਹਿਬ ਕਹਿੰਦੇ ਅਸੀਂ ਲਿਖ ਕੇ ਭੇਜਿਆ, ਲਿਖ ਕੇ ਵੀ ਭੇਜਿਆ, ਸਟੇਟਮੈਂਟ ਵੀ ਜਾਰੀ ਹੋ ਗਈ, ਐਕਸ਼ਨ ਨਹੀਂ ਹੁੰਦਾ ਕਿਉਂਕਿ ਸੰਜੀਦਗੀ ਨਹੀਂ ਆ। ਉਹ ਦੀਪਕ ਜੀ ਉਹਨਾਂ ਨੇ ਗੱਲ ਕਹੀ ਸੀ ਨੀਅਤ ਨਹੀਂ ਹੈ, ਉਹ ਨੀਅਤ ਬਿਲਕੁਲ ਨਹੀਂ ਆ, ਨੀਅਤ ਦੀ ਪ੍ਰੋਬਲਮ ਹੈ। ਇਸ ਕਰਕੇ ਇਹ ਬਹੁਤ ਵੱਡੀ ਰਾਸ਼ੀ ਨਹੀਂ ਗੀ, 400 ਕਰੋੜ, ਜੇ 25 ਕਰੋੜ ਦੇ ਰਿਹਾ ਦੇ ਤਾ ਤੁਸੀਂ 375 ਹੋਰ ਰਹਿ ਗਏ, ਔਰ ਸਭ ਤੋਂ ਵੱਡਾ ਜਿਹੜਾ ਤਬਕਾ ਹੈ ਔਰ ਉਹ ਅਗਰ ਸੜਕਾਂ 'ਤੇ ਆ ਤਾਂ ਫਿਰ ਮੈਨੂੰ ਲੱਗਦਾ ਪ੍ਰਾਇਓਰਟੀ 'ਤੇ ਸਰਕਾਰ ਨੂੰ ਇਹਦਾ ਹੱਲ ਕਰਨਾ ਚਾਹੀਦਾ ਸੀ। ਕਿਸਾਨ ਜ ਬਹੁਲ ਖੇਤਰ ਜਿਹੜਾ ਹੈਗਾ ਪੰਜਾਬ ਜਿਹੜਾ ਹੈ ਡੋਮੀਨੇਟ ਕਿਸਾਨੀ ਨੂੰ ਕਰਦਾ ਹੈ, ਮੈਨੂੰ ਇਹ ਲੱਗਦਾ ਹੈ ਵੀ ਸੰਜੀਦਾ ਨਹੀਂ ਹੈ ਮੌਜੂਦਾ ਸਰਕਾਰ, ਇਸ ਕਰਕੇ ਲੋਕ ਸੜਕਾਂ 'ਤੇ ਔਰ ਰੇਲ ਦੀਆਂ ਪਟਰੀਆਂ 'ਤੇ ਆ ਕੇ ਧਰਨੇ ਪ੍ਰਦਰਸ਼ਨ ਕਰ ਰਹੇ ਆ। ਚਲੋ ਠੀਕ ਹੈ, ਇਕਬਾਲ ਸਿੰਘ ਆਮ ਆਦਮੀ ਪਾਰਟੀ ਤੇ ਯਾਦ ਕਰੋ ਕਿ ਇਹ ਜੇਕਰ ਕਿਸਾਨੀ ਦੀ ਬਾਂਹ ਕਿਸੇ ਨੇ ਫੜੀ ਹੈ ਤਾਂ ਕੈਪਟਨ ਸਰਕਾਰ ਨੇ ਫੜੀ ਹੈ। ਹਾਂ ਗੁਰਪ੍ਰੀਤ ਜੀ, ਮੈਂ ਇਹੀ ਗੱਲ ਕਰਨੀ ਚਾਹੁੰਦਾ ਵੀ ਅਸੀਂ ਦਿੱਲੀ 'ਚ 1700 ਤੋਂ ਵਧਾ ਕੇ 2700 ਕਣਕ ਦਾ ਰੇਟ ਕਰਦਾ ਸਵਾਮੀਨਾਥਨ ਦੇ ਅਕੋਰਡਿੰਗ, ਤੇ ਜੇ ਸਰਕਾਰ ਚਾਹੇ ਤੇ ਕਰ ਸਕਦੀ ਹੈ, ਕਿਉਂਕਿ ਦੇਖੋ ਜੇ ਕਿਸਾਨ ਦੀ ਇਨਕਮ ਵਧੂਗੀ, ਕਿਸਾਨ ਆਪਣੇ ਘਰ ਪੈਸਾ ਨਹੀਂ ਰੱਖਦਾ, ਉਹਨਾਂ ਜਦੋਂ ਕਿਤੇ ਨਾ ਕਿਤੇ ਬਾਜ਼ਾਰੋਂ ਕੋਈ ਨਾ ਕੋਈ ਆਪਣੀ ਚੀਜ਼ ਖਰੀਦ ਲੈਣੀ ਤੇ ਟੈਕਸ ਦੇ ਰੂਪ 'ਚ 2-3 ਮਹੀਨੇ 'ਚ ਵਾਪਸ ਸਰਕਾਰ ਕੋਲੇ ਪੈਸਾ ਆ ਜਾਣਾ, ਲੇਕਿਨ ਇੱਛਾ ਸ਼ਕਤੀ ਨਹੀਂ ਹੈ। ਹੁਣ ਆ ਜਾਓ ਪੰਜਾਬ ਦੀ ਗੱਲ, ਤੇ ਉੱਥੇ ਅਸੀਂ ਮੁਲਾਜ਼ਮਾਂ ਦੀ ਦੇ ਰਹੇ 16,000 ਤੋਂ, ਕਿਸੇ ਪ੍ਰਾਈਵੇਟ ਵੀ ਬੰਦਾ 16,000 ਤੋਂ ਘੱਟ ਤਨਖਾਹ ਨਹੀਂ ਦੇ ਸਕਦਾ ਹੈਗਾ, ਤੇ ਪੰਜਾਬ 'ਚ ਰੁੜਦੇ ਫਿਰਦੇ 65-65 ਸਾਨੂੰ ਸਰਕਾਰੀ 'ਚ, ਤੇ ਕਿਸਾਨ ਆ ਜਾਓ ਜਿਹੜਾ ਸ਼ੂਗਰ ਦਾ ਹੁਣ ਗੰਨੇ ਦਾ ਪ੍ਰੋਬਲਮ ਆਈ ਹੈ, ਇਹਨਾਂ ਦੇ ਮਿਨਿਸਟਰਾਂ ਦੀਆਂ ਮਿੱਲਾਂ ਨਹੀਂ, ਕੀ ਗੱਲ ਹੈ? ਜੇ ਪਹਿਲਾਂ ਕਹੇ ਵੀ ਲੈ ਬੈਂਕ ਗਰੰਟੀ ਰੱਖ ਤੇ ਤਾਂ ਤੈਨੂੰ ਇੱਕ ਗੰਨਾ ਮਿਲੂਗਾ ਖਰੀਦਿਆ ਵਾ, ਨਹੀਂ ਤੈਨੂੰ ਗੰਨਾ ਨਹੀਂ ਤਾਂ ਕਿਸਾਨ ਤੋਂ ਖਰੀਦਣ ਦਿੰਦੇ, ਸਰਕਾਰ ਬੈਂਕ ਗਰੰਟੀ ਲਵੇ ਪਹਿਲਾਂ ਉਹਨਾਂ ਤੋਂ। ਇਸ ਕਰਕੇ ਇਹ ਕਿਵੇਂ ਲੈ ਲੈਣਗੇ, ਕਿਉਂਕਿ ਇਹਨਾਂ ਦੇ ਚੱਡਿਆਂ ਦੀਆਂ ਰਾਣਿਆਂ ਦੀਆਂ ਮਿੱਲਾਂ,
ਇਸ ਕਰਕੇ ਪ੍ਰੋਬਲਮ ਇੱਥੇ ਫਸੀ ਹੋਈ ਹੈ। ਲੋਕਾਂ ਨੂੰ ਇਹ ਚੀਜ਼ਾਂ ਸਮਝਣੀਆਂ ਪਊਂਗੀਆਂ। ਤੁਸੀਂ ਬੜੇ ਨੈਕਸਸ 'ਚ ਫਸ ਚੁੱਕੇ ਹੈ। ਇਹ ਨੈਕਸਸ ਨੂੰ ਤੋੜਨਾ, ਇੱਕ ਬਟਨ ਦੱਬ ਕੇ ਤੋੜਨਾ ਪਊਗਾ। ਪੁਰਾਣਿਆਂ ਨੂੰ ਚੱਲਦਾ ਕਰੋ, ਨਵਿਆਂ ਨੂੰ ਲਿਆਓ। ਹੁਣ ਜੇ ਇਹ ਸਮੱਸਿਆ 'ਚੋਂ ਨਿਕਲਣਾ, ਨਹੀਂ ਤੁਸੀਂ ਜਿੰਨੀਆਂ ਮਰਜ਼ੀ ਲੜਾਈਆਂ, ਧਰਨੇ, ਜੋ ਮਰਜ਼ੀ ਕਰੀ ਜਾਓ, ਇਹ ਸਮੱਸਿਆ ਦਾ ਤੁਹਾਡਾ ਪਰ ਨਵਿਆਂ ਤੋਂ ਕੀ ਇਲਾਜ ਹੋਊਗਾ? ਤੇ ਸਰਕਾਰ ਤਾਂ ਆਪ ਰੋਣਾ ਰੋਈ ਜਾਂਦੀ ਹੈ। ਤੁਸੀਂ ਕਿਸੇ ਸਰਕਾਰ ਤਾਂ ਆਪ ਕਹਿੰਦੀ ਹੈ ਸਾਡੇ ਕੋਲ ਵਿੱਤੀ ਸਥਿਤੀ ਮਾੜੀ ਹੈ, ਮਤਲਬ ਨਵਿਆਂ ਨੇ ਕਿਹੜਾ ਆ ਕੇ ਦਰਖਤ ਲਾ ਦੇਣਾ ਪੈਸੇ ਦਾ? ਰੱਖੋ ਸੀ, ਇੱਥੇ ਹੋਊਗੀ ਉਹੀ ਪ੍ਰਚਾਰ, ਵਿਚਾਰ ਰੱਖੋ, ਚੋਣ ਪ੍ਰਚਾਰ ਨਾ ਕਰੋ। ਇਹ ਦੇਖੋ, ਇਹ ਗੱਲ ਹੀ ਕਰ ਦਿੰਦੇ ਦਿੱਲੀ ਦੀ, ਵਿਚਾਰ ਰੱਖੋ, ਚੰਗਾ ਕੰਮ ਹੋਇਆ ਗੱਲ ਹੀ ਕਰ ਦਿੰਦੇ, ਵਿਚਾਰ ਰੱਖੋ, ਚੋਣ ਗੱਲ ਹੀ ਕਰ ਦਿੰਦੇ, ਜਾਓ ਪ੍ਰਚਾਰ ਲਈ ਥੋੜਾ ਮਾਧਿਅਮ ਲੈ ਕੇ ਚੱਲਦਾ, ਜਿਹੜੇ ਨੂੰ ਪੈਸੇ ਮੈਂ ਇਹ ਮਾਧਿਅਮ ਚੋਣ ਪ੍ਰਚਾਰ। ਚਲੋ ਠੀਕ ਹੈ, ਗੁਰਪ੍ਰੀਤ ਸਿੰਘ ਸੰਧੂ ਆ ਪੰਜਾਬੀ ਏਕਤਾ ਪਾਰਟੀ ਤੋਂ ਜੀ, ਸੰਧੂ ਸਾਹਿਬ ਲੋਕਾਂ ਕੋਲ ਹੁਣ ਮੌਕਾ ਹੈ, ਹੁਣ ਮੌਕੇ ਦੇ ਸਿਰ ਆਪਣਾ ਕੰਮ ਕਰੋ, ਇਹਨਾਂ ਦੇ ਕੋਈ ਆਸ ਨਾ ਰੱਖੋ, ਕੁਛ ਨਹੀਂ ਤੁਹਾਨੂੰ ਦੇਣਾ ਇਹਨਾਂ ਨੇ। ਗੁਰਪ੍ਰੀਤ ਜੀ, ਜਿਹੜਾ ਇਸ ਵੇਲੇ ਪ੍ਰੋਬਲਮ ਹੈ ਉਹ ਲੈਕ ਆਫ ਟਰੱਸਟ ਹੈ, ਲੋਕਾਂ ਨੂੰ ਸਰਕਾਰ 'ਤੇ ਜਿਹੜਾ ਵਿਸ਼ਵਾਸ ਨਹੀਂ ਰਿਹਾ। ਇਹ ਆਪਾਂ ਗੰਨੇ ਦਾ ਜਿਹੜਾ ਹਾਲ ਵੇਖ ਰਹੇ ਹਾਂ, ਜਿਸ ਤਰੀਕੇ ਨਾਲ ਸੈਂਟਰ ਗੌਰਮੈਂਟ ਨੇ ਮੰਡੀਆਂ ਨੂੰ ਖਤਮ ਕਰਨ ਦਾ ਹੁਕਮ ਦਿੱਤਾ, ਜਦੋਂ ਪੰਜਾਬ ਦੀ ਮੰਡੀ ਖਤਮ ਹੋ ਗਈ ਤਾਂ ਹਰੇਕ ਫਸਲ ਵੇਚਣ ਵਾਲੇ ਕਿਸਾਨ ਨੂੰ ਇਸੇ ਤਰ੍ਹਾਂ ਹੀ ਆਪਦੀ ਫਸਲ ਦਾ ਮੁੱਲ ਲੈਣ ਵਾਸਤੇ ਸੜਕਾਂ 'ਤੇ ਬੈਠਣਾ ਪਊਗਾ, ਜਿਹੜਾ ਕਿ ਇਹਨਾਂ ਦਾ ਇਤਿਹਾਸ ਦੱਸ ਰਿਹਾ, ਇਹ ਸਾਹਮਣੇ ਨਜ਼ਰ ਆ ਰਿਹਾ। ਅਤੇ ਦੂਸਰੀ ਗੱਲ ਇਹ ਕਿ ਇੰਡੀਆ ਦੇ ਵਿੱਚ ਸਣੇ ਪੰਜਾਬ ਹੱਲ ਇਸ ਕਰਕੇ ਹੁੰਦੀ ਹੈ ਕਿਉਂਕਿ ਹੱਲ ਕਰਨ ਦੀ ਨੀਤ ਨਹੀਂ ਹੁੰਦੀ। ਭਾਵੇਂ ਪੰਜਾਬ ਦੀ ਗੱਲ ਹੋਵੇ, ਪੰਜਾਬ ਦੇ ਵਿੱਚ ਭਾਵੇਂ ਕਾਂਗਰਸ ਦੀ ਗੱਲ ਹੋਵੇ, ਭਾਵੇਂ ਅਕਾਲੀ ਦਲ ਬੀਜੇਪੀ ਸਰਕਾਰ ਦੀ ਗੱਲ ਹੋਵੇ, ਅਤੇ ਆਪਾਂ ਪਿੱਛੇ ਜੇ ਦਿੱਲੀ ਵੀ ਵੇਖਿਆ, ਮੁਨਸਿਪਲ ਕਮੇਟੀ ਦੇ ਜਿਹੜੇ ਮੁਲਾਜ਼ਮ ਸੀਗੇ ਉਹਨਾਂ ਨੂੰ ਆਪਦੀਆਂ ਮੰਗਾਂ ਮਨਾਉਣ ਪਿੱਛੇ ਦਿੱਲੀ ਦੇ ਕੇਜਰੀਵਾਲ ਸਰਕਾਰ ਦੇ ਗੇਟ ਦੇ ਵਿੱਚ, ਹੁਣ ਬੋਲੋ ਨਾ, ਤੁਹਾਡੇ ਵੇਲੇ ਬੋਲੇ, ਤੁਹਾਡੇ ਵੇਲੇ ਇਹ ਮੁਨਸਿਪਲ ਗਲਤ ਹੈ, ਦੇਖੋ ਗੁਰਪ੍ਰੀਤ ਜੀ ਇਹ ਗੱਲ ਗਲਤ ਹੈ ਬਿਲਕੁਲ, ਜੇ ਤੁਸੀਂ ਇਸ ਤਰੀਕੇ ਨਾਲ ਨਹੀਂ, ਮਤਲਬ ਇਕਬਾਲ ਸਿੰਘ ਉਹਨਾਂ ਨੂੰ ਗੱਲ ਤਾਂ ਪੂਰੀ ਕਰਨ ਦਿਓ ਨਾ, ਜਿਹੜਾ ਜਿਹੜਾ ਨੁਕਸਾਨ ਹੋਣ ਲੱਗਾ ਤੁਹਾਡਾ, ਫੈਸਲਾ ਤੁਸੀਂ ਕਰੋਗੇ ਬੀਜੇਪੀ ਕੋਲ, ਧਿਆਨ ਨਾਲ ਗੱਲ ਕਰੋ, ਉਸ ਵੇਲੇ ਜਿਹੜੀ ਉਹਨਾਂ ਨੇ ਗੰਦ ਸਿੱਟਿਆ ਸੀ ਉਹ ਕਿਹਦੇ ਗੇਟ ਤੇ ਸਿੱਟਿਆ ਸੀ? ਡੀਟੀਸੀ ਮੁਲਾਜ਼ਮਾਂ ਦੀਆਂ 25% ਤਨਖਾਹਾਂ ਕਟਾਈਆਂ ਸੀ ਤਾਂ ਕਿਹਨੇ ਕਟਾਈਆਂ ਸੀ? ਮੇਰੇ ਕਹਿਣ ਦਾ ਮਤਲਬ ਇਹ ਹੈ ਡੀਟੀਸੀ ਤਾਂ ਹੈਗੀ ਹੈ, ਡੀਟੀਸੀ ਵੀ ਨਹੀਂ ਹੈ ਤੁਹਾਡੇ ਕੋਲ, ਕੁਛ ਵੀ ਨਹੀਂ ਹੈ। ਲੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਲੈਕ ਆਫ ਟਰੱਸਟ ਹੈ ਸਿਸਟਮ ਦੇ ਵਿੱਚ, ਲੋਕਾਂ ਦੀਆਂ ਸਮੱਸਿਆਵਾਂ ਨੂੰ ਖਤਮ ਕਰਨ ਦੇ ਵਾਸਤੇ ਕੋਈ ਮੈਕੈਨਿਜ਼ਮ ਨਹੀਂ ਰੱਖਿਆ ਹੋਇਆ, ਲੋਕਾਂ ਨੂੰ ਮਜਬੂਰੀ 'ਚ ਧਰਨੇ ਲਾਉਣੇ ਪੈਂਦੇ ਆ, ਸੜਕਾਂ ਤੇ ਆਉਣਾ ਪੈਂਦਾ, ਇਹਦਾ ਇੱਕੋ ਹੀ ਇੱਕ ਹੱਲ ਹੈ। ਚਲੋ ਠੀਕ ਹੈ, ਸਾਡੀਆਂ ਜਿਹੜੀਆਂ ਸਰਕਾਰਾਂ ਨੂੰ ਸਿੰਸੀਅਰ ਹੋਣਾ ਪਊਗਾ, ਪੋਲੀਟੀਸ਼ੀਅਨਸ ਨੂੰ ਸਿੰਸੀਅਰ ਹੋਣਾ ਪਊਗਾ, ਲੋਕਾਂ ਦੇ ਮਸਲੇ ਬਿਨਾਂ ਧਰਨਿਆਂ ਤੋਂ ਬਿਨਾਂ ਸੜਕਾਂ ਤੇ ਆਏ ਤੋਂ ਸੁਣਨੇ ਚਾਹੀਦੇ ਤੇ ਹੱਲ ਕਰਨੇ ਪੈਣਗੇ। ਠੀਕ ਹੈ, ਪਰ ਠੀਕ ਹੈ, ਜਸਬੀਰ ਸਿੰਘ ਕਿਸਾਨ ਆਗੂ ਸਾਡੇ ਬਣੇ ਹੋਏ, ਜਸਬੀਰ ਸਿੰਘ ਜੀ ਗੰਨੇ ਨੂੰ ਲੈ ਕੇ ਦਰਅਸਲ ਸਥਿਤੀ ਹੈ ਕਿ ਸਰਕਾਰ ਇਹ ਕਹਿੰਦੀ ਹੈ, ਤੁਹਾਨੂੰ ਪਤਾ ਹੀ ਹੋਣਾ ਸਹਿਕਾਰਤਾ ਮੰਤਰੀ ਹੋਰਾਂ ਨੇ ਪਿਛਲੇ ਦੋ ਮਹੀਨੇ ਡੇਢ ਕੁ ਮਹੀਨਾ ਪਹਿਲਾਂ ਐਲਾਨ ਕੀਤਾ ਸੀ ਗੰਨੇ ਦਾ ਬਕਾਇਆ ਦੇ ਰਹੇ ਹਾਂ, ਮੁੱਖ ਮੰਤਰੀ ਆਪ ਕਹਿੰਦੇ ਆ, ਗੰਨੇ ਦੇ ਬਕਾਏ ਮਿਲਣ ਦੇ ਵਿੱਚ ਤੁਹਾਡੀ ਵਿਹਾਰਕ ਦਿੱਕਤ ਕੀ ਹੈ? ਦਰਅਸਲ ਕਿਉਂ ਨਹੀਂ ਮਿਲ ਰਿਹਾ? ਇਹ ਗੰਨੇ ਦਾ ਬਕਾਇਆ ਜਿਹੜਾ ਵਾ ਬਿਲਕੁਲ ਇਹਨਾਂ ਨੇ ਐਲਾਨ ਵੀ ਕੀਤਾ ਵਾ ਆਪਣੇ ਸਹਿਕਾਰਤਾ ਮੰਤਰੀ ਨੇ, ਪਰ ਉਹਦੇ ਉੱਤੇ ਜਿਹੜਾ ਇੰਪਲੀਮੈਂਟ ਨਹੀਂ ਉਹਨੂੰ ਕੀਤਾ ਗਿਆ, ਲਾਗੂ ਨਹੀਂ ਕੀਤਾ ਗਿਆ ਅਜੇ ਤੱਕ, ਜਿਹੜਾ ਕਿਸਾਨਾਂ ਨੂੰ ਉਹ ਜਿਹੜਾ ਬਕਾਇਆ ਨਹੀਂ ਮਿਲ ਸਕਿਆ। ਕਿਸਾਨ ਜਿਹੜਾ ਵਾ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਉਸ ਕਿਸਾਨ ਦੀ ਹਾਲਤ ਕੀ ਆ, ਉਹ ਆਪਣਾ ਸੌਦਾ ਵੇਚ ਕੇ ਦੁਕਾਨ ਤੋਂ ਤਾਂ ਪੈਸੇ
ਉਹ ਮੰਗਦਾ ਵੀ ਕਦੋਂ ਮੈਨੂੰ ਮਿਲਣਗੇ। ਆ ਜੋ ਕਿਸਾਨ ਦੇ ਘਰ ਲੜਕੀ ਦਾ ਵਿਆਹ ਧਰਿਆ ਹੋਇਆ ਵਾ, ਜਾਂ ਉਹਦੇ ਘਰ ਕੋਈ ਬਿਮਾਰ ਪਿਆ ਹੋਇਆ ਵਾ, ਜਾਂ ਉਹਦੇ ਬੱਚਿਆਂ ਦੀਆਂ ਫੀਸਾਂ ਭਰਨ ਵਾਲੀਆਂ ਵਾ, ਉਹ ਆੜ੍ਹਤੀਏ ਕੋਲੋਂ ਕਰਜ਼ਾ ਆਪਣਾ ਵਿਆਜ ਭਰ ਰਿਹਾ, ਬੈਂਕਾਂ ਤੋਂ ਵਿਆਜ ਭਰ ਰਿਹਾ, ਪਰ ਉਸ ਕਿਸਾਨ ਦੀ ਹਾਲਤ ਜਿਹੜੀ ਅੱਜ ਵੇਖੋ ਤੁਸੀਂ, ਅੱਜ ਲੈਣਾਂ ਦੇ ਉੱਤੇ ਆਣ ਕੇ ਉਹ ਲਿਲਕੜੀਆਂ ਲੈ ਰਿਹਾ ਵਾ। ਅਸੀਂ ਪਿਛਲੇ 2 ਮਹੀਨਿਆਂ ਤੋਂ ਸਰਕਾਰ ਨੂੰ ਇਹ ਜਿਹੜੀ ਆਪਣੀ ਤਿਆਰੀ ਕੀਤੀ ਸੀ ਜੇਲ੍ਹ ਭਰੋਂ ਅੰਦੋਲਨ, ਜਿਹੜੀਆਂ ਚੋਣਾਂ ਦਾ ਕਰਕੇ ਇਹਨਾਂ ਨੇ ਲਾਇਆ ਲੈਣਾ ਲੋਕਾਂ ਤੋਂ, ਅਸੀਂ ਜਿਹੜਾ ਸੀਗਾ ਇਹਨਾਂ ਨੂੰ ਆਪਣੇ ਦੇ ਕੇ ਮੈਮੋਰੈਂਡਮ ਉਹ ਦਿੱਤਾ ਵਾ। ਫਿਰ 3 ਦਿਨ ਤੋਂ 1 ਮਾਰਚ ਤੋਂ ਅਸੀਂ 3 ਦਿਨ DC ਦਫ਼ਤਰ ਤਰਨ ਤਾਰਨ ਦੇ ਅੱਗੇ ਬੈਠੇ ਹਾਂ ਕਿ ਸਰਕਾਰ ਸਾਡਾ ਜਿਹੜਾ ਕੋਈ ਹੱਲ ਕਰ ਦੂਗੀ। ਅਸੀਂ ਬਾਰਸ ਦੇ ਵਿੱਚ ਅੱਤ ਦੀ ਠੰਡ ਦੇ ਵਿੱਚ ਬੈਠੇ ਹਾਂ। ਆਹ ਜਿਹੜਾ ਅਸੀਂ ਮੋਰਚਾ ਕੱਲ੍ਹ ਤੋਂ ਜਿਹੜਾ 24 ਘੰਟੇ ਦੇ ਉੱਤੇ ਹੋ ਗਿਆ ਵਾ, ਉਹ ਅਸੀਂ ਚੁੱਕ ਕੇ ਜਦੋਂ ਰੇਲਵੇ ਟਰੈਕ ਦੇ ਉੱਤੇ ਲਿਆਂਦਾ ਵਾ, ਤਾਂ ਉੱਥੇ DC ਤਰਨ ਤਾਰਨ ਵੀ ਆਇਆ, DC ਅੰਮ੍ਰਿਤਸਰ ਵੀ ਆਇਆ, ਪਰ ਕੋਈ ਪੁਖਤਾ ਹੱਲ ਨਹੀਂ ਗਾ ਅਜੇ ਤੱਕ। ਕੋਈ ਗੱਲ ਨਹੀਂ ਵੀ ਸਰਕਾਰ ਸਾਡੀਆਂ ਮੰਗਾਂ ਇਹ ਜਿਹੜੀਆਂ ਮੰਨਦੀ ਆ ਕਿ ਨਹੀਂ ਮੰਨਦੀ। ਹੁਣ ਜਿਹੜਾ 5 ਮੈਂਬਰੀ ਇੱਕ ਇਹਨਾਂ ਨੇ ਕਮੇਟੀ ਬਣਾ ਕੇ ਸਾਡੀ ਭੇਜੀ ਆ, ਆਗੂਆਂ ਦੇ ਨਾਲ ਗੱਲਬਾਤ ਚੱਲਣ ਡਈ ਆ, ਅਸੀਂ ਉੱਥੇ ਵੇਖ ਰਹੇ ਹਾਂ ਵੀ ਕਿੰਨੀ ਉਹ ਕਮੇਟੀ ਸਾਡੀਆਂ ਮੁੱਖ ਮੰਗਾਂ ਜਿਹੜੀਆਂ ਹੱਲ ਕਰ ਦਿੰਦੀ। ਉਹਦੇ ਵਿੱਚ ਸਾਡਾ ਹੈਗਾ ਸਭ ਤੋਂ ਪਹਿਲਾਂ ਗੰਨੇ ਦੀ ਬਕਾਇਆ ਰਾਸ਼ੀ, ਉਹ ਸਾਡੀ ਮਿਲ ਜਾਵੇ, ਅਤੇ ਉਹਦੇ ਨਾਲ ਜਿਹੜੀਆਂ ਸਾਡੀਆਂ ਕੁਛ ਜਿਹੜੇ ਸ਼ਹੀਦ ਪਰਿਵਾਰ ਆ ਸਾਡੇ। ਅਸੀਂ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਕਿਸਾਨੀ ਦੇ ਉੱਤੇ 10 ਜਿਹੜੇ ਸਿਰ ਆ ਅਸੀਂ ਲੋਕਾਂ ਦੀਆਂ ਇਹ ਕਿਸਾਨੀ ਮੁੱਦਿਆਂ ਦੇ ਉੱਤੇ ਲਾਏ ਆ, ਉਹਨਾਂ 'ਚੋਂ 7 ਕਿਸਾਨਾਂ ਨੂੰ ਜਿਹੜਾ ਵਾ ਸ਼ਹੀਦ ਕਿਸਾਨ ਹੈ, ਉਹਨਾਂ ਦੇ 7 ਪਰਿਵਾਰਾਂ ਨੂੰ ਸਰਕਾਰੀ ਨੌਕਰੀ ਮਿਲ ਗਈ ਆ, 3 ਕਿਸਾਨ ਸਾਡੇ ਬਾਕੀ ਆ, ਉਸੇ ਪਾਲਿਸੀ ਦੇ ਤਹਿਤ ਸਾਡੇ ਉਹਨਾਂ ਕਿਸਾਨਾਂ ਨੂੰ ਵੀ ਨੌਕਰੀ ਦਿੱਤੀ ਜਾਵੇ, ਉਹਨਾਂ ਦਾ ਸਮੁੱਚਾ ਕਰਜ਼ਾ ਮਾਫ਼ ਕੀਤਾ ਜਾਵੇ। ਠੀਕ ਹੈ, ਠੀਕ ਹੈ। ਉਹਦੇ ਨਾਲ ਅਸੀਂ ਕਹਿਣਾ ਚਾਹੁੰਦੇ ਗੁਰਪ੍ਰੀਤ ਜੀ ਕਿ ਆਹ ਰੇਲਵੇ ਲਾਈਨ ਦੇ ਉੱਤੇ ਇੱਥੋਂ ਵੱਧ ਸਾਡੇ ਕੋਈ ਹੋਰ ਕੋਈ ਰਸਤਾ ਨਹੀਂ ਸੀਗਾ। ਅਸੀਂ ਸਰਕਾਰ ਨੂੰ ਕਹਿੰਦੇ ਕਿ ਜਾਂ ਤਾਂ ਸਾਡੀਆਂ ਮੰਗਾਂ ਮੰਨ ਕੇ ਮਿੱਡਾ ਸਾਹਿਬ, ਬਾਕੀ ਜਿਹੜੀਆਂ ਕੇਂਦਰ ਸਰਕਾਰ ਨਾਲ ਆ, ਪੰਜਾਬ ਸਰਕਾਰ ਨਾਲ, ਠੀਕ ਹੈ ਮਿੱਡਾ ਸਾਹਿਬ, ਇਹ ਦੁਨੀਆ ਦਾ ਇੱਕ ਵਾਹਿਦ ਪ੍ਰੋਫੈਸ਼ਨ ਹੈ ਸਾਡਾ ਜਿਹੜਾ ਵਾ, ਜਿਹਦੇ 'ਚ ਉਤਪਾਦਕ ਹੈ ਜਿਹੜਾ ਉਹ ਆਪਣਾ ਸਮਾਨ ਹੀ ਵੇਚ ਚੁੱਕਾ ਹੈ ਔਰ ਉਹਨੂੰ ਉਹਦਾ ਹਾਲੇ ਤੱਕ ਮੁੱਲ ਨਹੀਂ ਮਿਲਿਆ, ਔਰ ਤੁਸੀਂ ਲਾਰੇ ਲਾ ਰਹੇ ਹੋ ਬਸ। ਸਿੱਧਾ ਜਿਹਾ ਇਹਦਾ ਮਤਲਬ ਇਹ ਹੈ, ਮਤਲਬ ਇਸ ਤੋਂ ਜ਼ਿਆਦਾ ਉਹ ਨਹੀਂ ਹੋ ਸਕਦਾ ਕਿ ਆਪਣਾ ਉਹਨੇ ਦੁਬਾਰਾ ਪੈਦਾ ਕਰਕੇ ਤੁਹਾਨੂੰ ਦੇ ਵੀ ਦਿੱਤਾ ਹੈ, ਉਹਦੇ ਤੋਂ ਪੈਸਾ ਕਮਾਉਣ ਵਾਲੇ ਪੈਸਾ ਵੀ ਕਮਾ ਗਏ ਹੈ, ਖੰਡ ਮਿੱਲ ਵੀ ਕਮਾ ਗਈ ਹੈ, ਰਿਟੇਲਰ ਹੋਲਸੇਲਰ ਸਭ ਕਮਾ ਗਏ, ਪਰ ਉਹ ਹਾਲੇ ਤੱਕ ਆਪਣਾ ਮੁੱਲ ਲੈਣ ਦੇ ਲਈ ਭਟਕ ਰਿਹਾ। ਇਹ ਤੋਂ ਜ਼ਿਆਦਾ ਮਤਲਬ ਤ੍ਰਾਸਦੀ ਜਾਂ ਟ੍ਰੈਜਡੀ ਹੋਰ ਕੋਈ ਨਹੀਂ ਹੋ ਸਕਦੀ। ਬਹੁਤ ਸ਼ੁਕਰੀਆ ਸਭ ਦਾ ਇਸ ਚਰਚਾ ਦੇ ਵਿੱਚ ਜੁੜਨ ਦੇ ਲਈ। ਅੱਜ ਦੇ ਸਵਾਲ ਦੇ ਜਵਾਬ ਦਾ ਵਕਤ ਹੈ, ਸਵਾਲ ਸੀ ਜਵਾਬ ਜੋ ਦਰਸ਼ਕਾਂ ਦੀ ਰਾਏ ਸਾਨੂੰ SMS ਦੇ ਰਾਹੀਂ ਮਿਲੀ, ਉਸ ਦੇ ਮੁਤਾਬਕ 5% ਲੋਕਾਂ ਨੇ ਹਾਂ ਜਵਾਬ ਦਿੱਤਾ, 95% ਲੋਕਾਂ ਨੇ ਨਾ ਜਵਾਬ ਦਿੱਤਾ।